ਹੁੰਦਾ ਮੰਨ ਲਓ ਤੇ ਪ੍ਰਾਜ਼ਮੀਨ ਦਾ ਕਬਜ਼ਾ ਵਾਪਸ ਲੈਣ ਲੱਗੇ ਨੇ ਨਾ ਚਲੋ ਓਏ ਜ਼ਮੀਨ ਖੁਦਾ ਦੀ ਮਲਕੀਅਤ ਹੈ ਜ਼ਮੀਨ ਤੋਂ ਸਾਡੇ ਘੋੜੇ ਲੰਘ ਜਾਣ ਉਹ ਜ਼ਮੀਨ ਸਾਡੀ ਹੋ ਜਾਂਦੀ ਹੈ ਇਹ ਜ਼ਮੀਨ ਤੇ ਅਸੀਂ ਤੇਤੋਂ ਆਮ ਮੰਗੀਏ ਸਾਡੇ ਆਉਣ ਦਾ ਮੁੱਲ ਵੀ ਨਹੀਂ ਮਾਈ ਤੈਨੂੰ ਤੇਰੀ ਜ਼ਮੀਨ ਚੋਂ ਸਿਰਫ 2 ਗਜ਼ ਦਾ ਟੋਟਾ ਮਿਲਣਾ ਬਦਬਖਤੇ ਇਹਨਾਂ ਨੂੰ ਰੱਜ ਕੇ ਵੇਖ ਲੈ ਸਵਾਰੀਏ ਮੈਂ ਗੋਲੀ ਚਲਾਵਾਂ ਦੁਸ਼ਮਣ ਨੂੰ ਲਾਵਾਰਤ ਕਰਕੇ ਜਾਣਾ ਫੱਕ ਨਾ ਮੁਬਾਰਕ ਹੋਵੇ ਸੁਹਾਣੀਏ ਓਏ ਬਾਤੀ ਤੇ ਜਾਨੂ ਨੂੰ ਜਾਂਦੀ ਵਾਰੀ ਤੇਰੇ ਤੇ ਬਨ ਲੈ ਸੁਹਾਣੀਏ ਲਿਓ ਗਿਆ ਬੀਆ ਪਾਸ ਮੁਰਾਦ ਵੀ ਬਸ ਹੋ ਗਈ ਸਫਾਈ 16 ਸਾਲ ਦੀ ਜਵਾਨ ਰਾਬਿਆ ਵੀ ਟੁਰ ਗਈ ਜ਼ਮੀਨ ਦਾ ਕੋਈ ਜੰਮਣ ਵਾਲਾ ਵਾਰਸ ਹੋਵੇ ਤੇ ਉਹਦਾ ਪਤਾ ਵੀ ਦੱਸ ਦੇ ਸੁਹਾਣੀਏ ਖਬਰਦਾਰ ਮਾਲੂ ਸਾਰੇ ਕਤਲ ਤੂੰ ਕੀਤੇ ਨੇ ਨਹੀਂ ਸਾਰੇ ਕਤਲ ਤੂੰ ਕੀਤੇ ਨੇ ਗ੍ਰਿਫ਼ਤਾਰ ਕਰ ਲਓ ਸਭ ਨੂੰ ਥਾਣੇਦਾਰ ਜੀ ਕਚਹਿਰੀ ਜਾ ਕੇ ਜੋ ਹੱਥਕੜੀ ਖੁੱਲ ਜਾਣੀ ਹੈ ਇੱਥੇ ਛੱਡ ਦਿਓ ਅੱਗੇ ਲੱਗੋ ਓਏ ਪਾਗਲ ਹੋ ਚੁੱਕੇ ਜਨਾਬੇ ਵਾਲਾ ਜਿਹਨੂੰ ਮਾਲੂ ਤੇ ਉਹਦੇ ਭਰਾਵਾਂ ਨੇ ਲਾਭਾਸ਼ ਕੀਤਾ ਲਾਊਡ ਸਪੀਕਰ ਲਾ ਕੇ ਇੱਕ ਵਾਰੀ ਫੇਰ ਕਹੋ ਵਕੀਲ ਸਾਹਿਬ ਲੋਕਾਂ ਨੂੰ ਨਸ਼ਾ ਵੀ ਆਵੇ ਤੇ ਦਹਿਸ਼ਤ ਵੀ ਜਨਾਬੇ ਵਾਲਾ ਇਹਦੀ ਜ਼ਬਾਨ ਮੁਲਾਜ਼ਾ ਕੀਤੀ ਜਾਵੇ ਅਦਾਲਤ ਨੂੰ ਇਹਦੀ ਜ਼ਬਾਨ ਨਾਲ ਕੋਈ ਗਰਜ਼ ਨਹੀਂ ਬੇਪਨਾਹ ਕਤਲ ਹੋਈ ਨਹੀਂ ਗਵਾਹ ਇੱਕ ਵੀ ਨਹੀਂ ਇਹਦੀ ਵਜ੍ਹਾ ਦੱਸ ਸਕਦੇ ਹੋ ਜਨਾਬੇ ਵਾਲਾ ਗਵਾਹ ਨਹੀਂ ਮਿਲ ਸਕਦਾ ਤੇ ਫਿਰ ਅਦਾਲਤ ਦਾ ਵਕਤ ਜ਼ਾਇਆ ਕਰਨ ਦੀ ਕੀ ਲੋੜ ਹੈ ਅਦਾਲਤ ਇਹਨਾਂ ਨੂੰ ਬਾਜ਼ਦਾ ਤੌਰ ਬਰੀ ਕਰਦੀ ਫਿਰ ਕਿਉਂ ਸੁੱਟ ਲਿਆ ਵਕੀਲ ਸਾਹਿਬ ਨਾ ਸਾਨੂੰ ਕਦੇ ਕਿਸੇ ਦੀ ਬਦਵਾ ਲੱਗ ਸਕਦੀ ਹੈ ਨਾ ਸਾਡੇ ਨੇੜੇ ਬਿਮਾਰੀ ਆ ਸਕਦੀ ਹੈ ਤੇ ਨਾ ਹੀ ਕਦੇ ਸਾਨੂੰ ਸਜ਼ਾ ਹੋ ਸਕਦੀ ਹੈ ਔਰ ਚਲੋ ਚੱਲੀਏ ਪੁੱਤਰੋ ਮੈਨੂੰ ਵੇਖ ਕੇ ਸਮਝ ਲਓ ਕੇਸ ਪਿੰਡ ਦਾ ਮਾਲਕ ਚਲੋ ਵਾਪਸ ਰਿਹਾ ਹੋ ਕੇ ਆ ਗਿਆ ਜੇ ਨਾਲੇ ਹੋਏ ਪੁੱਛਦੇ ਕਿ ਹਾਲੀ ਤੱਕ ਉਹਦੇ ਹਿੱਸੇ ਦੀ ਫਸਲ ਉਹਦੀ ਹਵੇਲੀ ਤੱਕ ਕਿਉਂ ਨਹੀਂ ਪਹੁੰਚੀ ਇਹ ਫਸਲ ਉਹਦੀ ਹਵੇਲੀ ਤੱਕ ਕਿਉਂ ਮਤਲਬ ਨਹੀਂ ਪਹੁੰਚ ਸਕਦੀ ਬਾਤ ਨੂੰ ਮਜ਼ਾਕ ਨਾ ਕਰੋ ਬਸ ਮੰਗਦਾ
वापस टुर जाए मालू नू कह दे फसल नहीं बन लेना चाहना है तो बाली की पिंड टुर जाए। कई बाली है खानदान कब्रिस्तान तो भी वड्डा होंदा पैगाम पहुंचा दई कि मौत ते मालू दोवां दा इंतजार करे क्योंकि पूरे पंजाब जवान उनके इस्तकबाल वास्ते जा रहे हैं। ऐलान कर देंदा मैं ते तेनु तेरे जुल्म याद करना मूर्खा इसे तरह साडे जुल्मा दे सियाल लाई रख फकीरा ताएं ते साडे कोड़ियां दी तमक सुन के इस धरती नू तेर आवेगी। सुनिए तू ही तो कोई अपने बैंड सुना कुछ याद है तैनू तेरे वेड़े च एक दिन च पूरे 12 जनाजे चुकवाए सन जिन्हां च 8 साल का मासूम उमरा
16 साल दी जवान राबिया 18 साल दा सोल बस्ती 24 साल दा बिया पास मुराद पक्का पर ठंडा साल है बदुआ दे वाल पुट्टे मातम कर जगनू पता ते लगे के असा तेनू लावार कीता है जिन्ना दा कोई वारस ना होवे उन्ना दा वारस खुदा होंदा है सालमो मैनू ना बालग उम्रे दी कबर हर रोज दस दिए सुलम दिए कंध विच बड़ी छेती छेक पवेगा फेरे दुआ रोज मंगया कर सवाड़िए ते मेरी ये दुआ है कि रब तेरी इस दुआ वर्षा ते लै जाए मुर्दे नुआण आले फटे ते लाशां दा लहू लगिया मुदत हो गई इस वाणिए ते फेर ना पुरानिया कबरां ते लगे होए कतबे पुट दियो ना पुरानिया कबरां विच नवियां लाशां आण गिया ते नवे कतबे भी लगणगे उच्चे शमले बिंदिया दौना दिल भी प्यार तू खाली پاک نے ارشاد فرمایا میرے بعد ایک دوجہ دا خون نہ کرنا اسلام نائے پیار دا انسان دا انسان دے نال پیار انسان دا خدا اور رسول دے نال پیار مسلمان اپنی ذات لی نہیں ہمیشہ رب دی راہ اور نظر اے لاؤڈ سپیکر دی آواز بند کر اے کدھر دا آواز سن سن کے ساڈے بال ہی نہ پوسدل ہو جان ਇਸ ਮੌਲਵੀ ਨੂੰ ਇਹ ਵੀ ਦੱਸ ਨਜ਼ਰੂ ਅਸੀਂ ਇਹਨੂੰ ਸਿਰਫ ਜਨਾਜ਼ੇ ਪੜਾਉਣ ਲਈ ਰੱਖਿਆ ਵਾਲ ਕਰ ਲਈ ਨਹੀਂ ਓਏ ਜੇ ਜੰਨਤ ਲੈਣ ਦੇ ਤਰੀਕੇ ਦੱਸਣੇ ਤੂੰ ਫਿਰ ਕਿਤੇ ਹੋਰ ਪਿੰਡ ਤੁਰ ਜਾਏ ਬਿਹਤਰ ਬਦਲਾ ਓਏ ਬਦਬਖਤ ਮਸਜਿਦ ਤੇ ਗੋਲੀ ਸਿਰਫ ਕਾਫਰਾਂ ਨੇ ਚਲਾਈ ਹੈ ਦੱਸ ਕੁਫਰ ਇਹ ਕੱਲਾ ਗੋਲੀ ਚੋਂ ਕੀਤਾ ਹੈ ਕਿਸੇ ਹੋਰ ਪਿੰਡ ਤੁਰ ਜਾਏ ਖਤਮ ਦਾ ਹਲਵਾ ਉੱਥੇ ਹੀ ਭੇਜ ਦਿਆਂਗੇ ਓਏ ਥੱਲੇ ਆ ਕੇ ਮਸਜਿਦ ਵਿੱਚ ਮੱਥਾ ਟੇਕ ਤੇ ਇਹ ਗੁਸਤਾਖੀ ਦੀ ਮਾਫੀ ਮੰਗ ਉਜਰਾ ਛੱਡ ਕੇ ਤੁਰ ਜਾਓ ਮੌਲਵੀਆ ਮੁੜ ਕੇ ਵਾਸ ਕਰੇਗਾ ਮੌਲਵੀਆ ਤੈਨੂੰ ਯਕੀਨ ਕਰ ਦੇਗਾ ਇੰਨੇ ਜ਼ਾਲਮ ਕਿਉਂ ਨਹੀਂ ਅੱਬਾ ਪੁੱਤਰ ਇਹਨਾਂ ਨੂੰ ਮੌਤ ਭੁੱਲ ਗਈ ਮੁਬਾਰਕ ਬਾਤ ਦੇਣ ਆਇਆ ਥਾਣੇਦਾਰਾ ਯਾ ਜਿਹੜੇ ਨਵੇਂ ਕਤਲ ਕਰਨੇ ਨੇ ਉਹਨਾਂ ਦਾ ਹਿਸਾਬ ਪੁੱਛਣ ਆਇਆ ਮੈਂ ਤੁਹਾਡੇ ਲਈ ਨਜ਼ਰਬੰਦੀ ਦੇ ਆਰਡਰ ਲੈ ਕੇ ਆਇਆ ਹੋਏ ਜੇ ਤੁਸੀਂ ਪੇਸ਼ ਕੀਤੀ ਨਾ ਕਿਸੇ ਬਗੈਰ ਪਿੰਡੋਂ ਬਾਹਰ ਗਏ ਤੇ ਫਿਰ ਤੁਹਾਡਾ ਪਿੱਛਾ ਮੈਂ ਨਹੀਂ ਮੇਰੀ ਗੋਲੀ ਕਰੇਗੀ
जा वापस चला जा थानेदारा। साडे इलाके जेड़ा भी थानेदार है या ते वो अपने गया या उन्हें खुदकशी कर ली। थानेदारा उस सेवा का पिंड कद तक पहुंचा रहेगा? अपने ध्यान जमा करा दे ओए। अली ते तू साडे हाथों से लिसंस ला रहा थानेदारा। ओए कानून दिया यार बहुत हमू जी चौधरी साहब। इन्नी देर च इको ही कुहाड़ी तैयार की थी या? एदी तार ते वेखो चौधरी साहब। इस तार ते किन्ने क बंदिया दा लहू है? ए गल ते सिर्फ तुसी दस सकदे हो चौधरी साहब। वाकई अजमा के ते वेखो। कामू जरा बाह ते बाहर कढ। पुलिस पुछे ते कह दी आए पानू जहर बाद हो गया सी ते डॉक्टर ने कट दिती है। ओ कमिया बेवा दे पिंडो वंड लैके आ। सरकार बेवा ने पिंड मजारियां ने नाल आता है ते मजारियां ने वंड देन तो इनकार कर दिता है। ए ख्वाब किन्ने सुनाया है? सरकार ना मेरा कसूर है ते ना मजारियां दा। जुर्त बाली ने कीती है ते बाली नु शहर दे मामे ने दिती है। बाले 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 किस कुड़ी दा नाम है? अप्पा ए ओही मूसोर मुंडा जिन्ने थाने विच गवाही ली ना लिखाया सी पर ओदी मां ने गवाही नहीं देन दिती। मजारियां दी वंड भी ओ नहीं डक्की है। पर सानू कौन डकेगा? क्यों भूल गया मालू कि तू अपने पिंड च नजर बंद है? खड़ी करके दरियावां दे मुंह नहीं फेरे जा सकते इंस्पेक्टर। वापस तुर जा मालू। तैनू नजर बंद रखन लई मैनू गोली मारन दा भी इख्तियार है। इंस्पेक्टर शाम होने तो पहला पहला नाका बंदी चुक ले। लगदा है कि पुलिस दी नफरी वधानी पवेगी नहीं ते कयामत किसे को नहीं डकी जानी। मियां इनू पूछो ये कौन है? ओए जी तौन दे बल कट के इनू खलोन दा बल सिखाए। इनू दस कमियां बाली दा मामा है इनू कहो अगे बद के सलाम करे। और जे इना नू लड़न दा इना ही शौक है तो फिर इना दे हाथ चसला दे। आए पुटिया जे इना सारे दे हाथ चसला आ गया तो फिर तू तू तक उजाड़ पै जाणगे। हवेली जान दा मकसद दस पुटिया। कब्रिस्तान जाके बेवा नू ओदे कतल होण वाले पुत्रां दा कसास अदा कर दिओ। ओए जे हिसाब बाली दे हाथ च आ गया ते बर्बाद हो जाओगे। ओए बाली दे नाक च जाके कोका पवा दे। ओए असीं ओनू तेरा पणेवा समझ के नहीं पणेवी समझ के माफ कर देंगे। बेवा नू जाके राजी कर लिया मालू। मैं बाली नू बार बार नहीं छड्ड सकना। ਉਹਨੂੰ ਅੱਛਾ ਹੀ ਭੇਜਦਾ ਪੁੱਟਿਆ ਔਰ ਨਹੀਂ ਤੇ ਸਾਡੇ ਕੋਲੇ ਹੀ ਬੰਦਾ ਹੈ। ਨਹੀਂ ਨਹੀਂ ਹੁਣ ਪਾਲੀ ਦੇ ਮਾਮਿਆਂ ਜੇ ਕੱਲ੍ਹ ਤਾਂ ਤੁਸੀਂ ਹਵੇਲੀ 'ਚ ਵੰਡ ਲੈ ਕੇ ਨਾ ਆਏ ਤੇ ਮੈਂ ਤੁਹਾਡੇ ਪਿੰਡ ਪਹੁੰਚ ਜਾਂਗਾ। ਫਿਰ ਸਾਹਿਬ ਨੂੰ ਜਾ ਕੇ ਕਹਿ ਦਿਓ ਲਾਸ਼ਾਂ ਚੁੱਕਣ ਲਈ ਟਰੱਕ ਮੰਗਾਵੇ। ਗਲੀਆਂ 'ਚ ਮੁਰਦੇ ਖਰਾਬ ਹੋ ਗਏ ਤੇ ਦਾਰਾਂ ਨੂੰ ਬੜਾ ਦੁੱਖ ਹੋਵੇਗਾ। ਜ਼ਰੂਰ
टेंशन हो जाओ, सर जी आ रहे हैं। मुछा बहुत बढ़ गई ने छे दसवान कितने सर पाग लगे रहन वर्दियां कैम माजा गुड़ बल्द राजा मराशी को ब्रूपिया सलामत करता। ओ यो इडियट ब्रूपिया पुत्र नॉनसेंस। सर दबका होली मारो, पेंट मंगी है, ये खराब हो गई तो मेरे को तो आईजे पैसे भी नहीं है। एक दसा दिन उठ लाओ जा दफा जा। अगर इजाजत हो तो इस पिंड का एक चक्कर ला लू। वापसी तो इसका नहीं मंगोगे? गेट आउट। मौला खुश रखे रहे। और कमा जाओ। और टक गए हो साढ़े चो मालू कह रहा है। मालू मालू मेरा नाम है साहब बादर। वेल मिस्टर मालू, तेरे प्यो का की नाम है? नाम सालू। बेबे का की नाम है? मतलब की गल कर साहब, मैं सुने जैसे बाली का मामा आया। मैं पूछना चाहना कि किधरे हो बाली? हो बाली तो नहीं जेड़ी थिएटर च कम करती है जिदा नाम बाली जट्टी है? ओदी लाश तेरे दफ्तर पहुंच जाएगी साहब आदर। मैं रिश्वत नहीं लेता, तू लाशा बेचना बिजुआ हवलदार। यस सर। इन्हें दस ऐसी कौन? मैं ऐसी। तू तो पटा। ओए तोते जी चौधरी जी, एनु लम्या पाए ना सरकार? मैंने लम्या ना पा, मैंने खलोता ही रहन दियो। इस तोते नु भी लमकिया ही रहन दियो। देखना सरकार, मैं तो गरीब जी मराठी हां, मौला खुश रखे तक। ओए जगू की गले लाला, एनु 200 रुपया दे, बड़ा सुचा मराठी है। ले भाई किसे तरह तू है वर्दी पा के जे तू पुलिस की नाकाबंदी तड़वा देवे ते मैं तेन नोटा की पंड बनते। ना सरकार मेरे को काम ना कराओ, किरेना ना हो कि मैं पुलिस की नाकाबंदी तोड़वा दें ते पुलिस मेरी मनसूबाबंदी तोड़ दे। और फिर मेरे पुत्र नो जाने दे पिंड ले जा, उसे जाके भेज आवा जी। बकना है। अच्छा जी, जेड़ा कम अभी पुलिस की वजह नाल नहीं कर सके ओनू जाना कर लेगा। सरकार जाने का पिंड ना कहो, उसे शम्मू खंड का पिंड है। शम्मू खंड? ये शम्मू खंड की शायद सरकार चखी तो मैं ही नहीं, पर सुनिया है कि वो किसी मफरूर की भैन है। जदों की इस पिंड च आई है पिंड का ना ही शम्मू खंड हो गए। तो फिर जा रसूलिया, नाले चाने नू मिल ले ते नाले शम्मू खंड का मजा ले। सरकार उन्हें चिर खंड का पक्का नहीं मार सकते जिन्ना चिर राशन कार्ड मेरी तली देना रखो। ये गल मातिया मौला खुश रखे सरकार, क्या ताड़ा मुंह च बूट का ठुडा होंगे। आओ सरकार चलो चलिए, तुम यही लगते हो कि साढ़े ही चाहिए। आओ बक नहीं है। अच्छा जी सरकार। आओ कमी मेरे नाल। आओ नसीब नहीं शान बुरे च पा लो। शान बुरा तुम अपनी गां पा लो। एक फुट दो फुट तीन फुट चार फुट उठो मराती हो दस्तक लाई है। अच्छा भाइया सुल्तान टीपू दिया पहलिया पुत्रा ट्रैक्टर रोक। शम्मू खंड किथे? पट्योल दे ना रही है। तो फिर मोरा ट्रैक्टर ट्योल हले चौधरी साहब ते आज शम्मू खंड ते अगे हुण तुसीं आपे चले जाओ क्योंकि मैनू खंड तो परहेज है, मैनू शुगर आती है।
ਠੰਡੀ ਵੇਖ ਵੇਖ ਪਾਣੀ ਸ਼ਹਿਰ ਬਣ ਬਣ ਬਾਹਰ ਆ ਰਹੇ ਮੈਂ ਕਿਹਾ ਇਸੇ ਪਾਣੀ ਦਾ ਤੇ ਰੂਹ ਅਫਸਾ ਬਣਦਾ ਜੇ ਮੈਂ ਕਿਹਾ ਤੁਸੀਂ ਲਾਗੇ ਖਾਂਡੋ ਤੈਨੂੰ ਕੋਈ ਸ਼ੱਕ ਹੈ ਨਹੀਂ ਸ਼ੱਕ ਤੇ ਕੋਈ ਨੀ ਮੇਰਾ ਮਤਲਬ ਇਹ ਸੀ ਕਿ ਇੱਕ ਅੱਧ ਸਿਰ ਸਾਡੇ ਘਰ ਵੀ ਆ ਜਾਓ ਰੋਜ਼ ਫਿੱਕੀ ਚਾਹ ਪੀ ਪੀ ਕੇ ਪਾਗਲ ਹੋ ਗਏ ਚੱਲ ਉਹ ਮਾਜਰਾ ਇਸ ਖੰਡ ਨੂੰ ਤੇ ਰੋਜ਼ ਦੇ ਕਮੀਆਂ ਨੂੰ ਚੱਖਣਾ ਨਾ ਦੱਸ ਸਮਝਾਤਾ ਜਾ ਖੰਡ ਦੇ ਡੀਪੂ ਸਾਹਿਬ ਇਹ ਇਹ ਮੈਂ ਦੱਸਦਾ ਇਹ ਸ਼ਕਲੋਂ ਚੋਰ ਨੇ ਤੇ ਅਗਲੋਂ ਸੂਰ ਨੇ ਮਾਫੀ ਚਲਾ ਪੇਟ ਨੂੰ ਆ ਕੇ ਜਲਦੀ ਬਾਹਰ ਤੂੰ ਪਹਿਲਾਂ ਇਹ ਦੱਸ ਤੈਨੂੰ ਚੁੱਕਾਂ ਤੇ ਡੱਕਣ ਵਾਲੇ ਕਿੰਨੇ ਕੁ ਹੱਥ ਹੋਣਗੇ ਵੇ ਸ਼ਮੋ ਖੰਡ ਨੂੰ ਆਪਣਾ ਸ਼ਨਾਖਤੀ ਕਾਰਡ ਦੇ ਜਾ ਨੂਰਾ ਧੜਾ ਲਾਇਆ ਤੇ ਤੇਰਾ ਰਾਸ਼ਨ ਕਾਰਡ ਤੇਰੇ ਘਰ ਪਹੁੰਚ ਜਾਏਗਾ ਤੇ ਫਿਰ ਉਹਨੂੰ ਇਹ ਵੀ ਦੱਸ ਦੇ ਕਿ ਤੇਰੇ ਹੋਣ ਵਾਲੇ ਕਰਨਾ ਕਰ ਵੇ ਨੂਰੇ ਧੜਲ ਦੀ ਭੈਣ ਆਏਗੀ ਵੇ ਵਾਦਾ ਕਰੀਏ ਤੇ ਬੰਦਾ ਮਾਰ ਕੇ ਥਾਣੇ ਪਹੁੰਚ ਜਾਏਗਾ ਹਵੇਲੀ ਦਾ ਹਰ ਉਹ ਬੰਦਾ ਮਾਰ ਦਿੱਤਾ ਸੀ ਜਿਹਦੇ ਸਿਰ ਤੇ ਪੱਗ ਸੀ ਬਸ ਇੱਕ ਰਹਿ ਗਿਆ ਉਹਦਾ ਤਾਰ ਵੀ ਬਸ ਆਉਣ ਹੀ ਵਾਲਾ ਚਾਂਜਲ ਛਿਣਕਾ ਕੇ ਸਾਰੇ ਪਿੰਡ ਨੂੰ ਦੱਸਦੇ ਨੀ ਕਿ ਤੂੰ ਨੂਰੇ ਦਲਾਲ ਨਾਲ ਮੰਗੀ ਗਈ ਹਾਂ
ਅੱਜ ਪਤਾ ਲੱਗਾ ਕਿ ਇਸ ਪਿੰਡ ਨੂੰ ਸ਼ਮੋ ਖੰਡ ਦਾ ਪਿੰਡ ਕਿਉਂ ਕਹਿੰਦੇ ਨੇ। ਜੇ ਇੱਥੇ ਸ਼ਮੋ ਖੰਡ ਹੀ ਨਹੀਂ, ਦਿਲੋਂ ਬਿਸਕੁਟ ਵੀ ਰਹਿੰਦੀ। ਹਾਏ ਮੈਂ ਸਦਕੇ ਜਾਵਾਂ, ਐਡਾ ਪਿਜਾ ਬਿਸਕੁਟ, ਸ਼ਮੋ ਖੰਡ ਬਿਲੋ ਬਿਸਕੁਟ, ਮੈਂ ਕਿਹਾ ਪਿੰਡ ਇੱਕ ਬੇਕਰੀ ਹੈ। ਜੇ ਬਕਵਾਸ ਨਾ ਕਰ ਤੇ ਨਾ ਜਾ, ਨਾ ਬਜਾ ਨੂਰਾ ਧੜਾ ਲਾਣੀ ਵਾਲੇ ਕਿਧਰੇ, ਇਹ ਨਾ ਹੋਵੇ ਕਿ ਸੂਲੇ ਦੇ ਨਾਲ ਨਾਲ ਤੇਰੀ ਧੜਾ ਲੋ ਜਾਵੇ। ਕਿਧਰੋਂ ਦੀ ਨਸਾਂ? ਇਧਰੋਂ ਦੀ ਪਾਗਲ ਹਰ ਥਾਂ ਪਹੁੰਚ ਜਾਂਦਾ। ਵਾਲੇਕੁਮ ਅਸਲਾਮ। ਆਓ ਬਈ, ਖੈਰੇ? ਖੈਰੇ ਕਾਲੂਆ, ਉੱਠੇ ਨਾ ਪੁੱਤਰ, ਭੱਜ ਕੇ ਜਾ ਸਾਡੀ ਬਹਿਣ ਨੂੰ ਆਖ, ਦੁੱਧ ਦਾ ਗੜਾ ਮਿੱਠਾ ਕਰਕੇ ਗੱਲੇ, ਸਾਡੇ ਯਾਰ ਦਾ ਪੁੱਤਰ ਆਇਆ। ਸਾਡੇ ਲਈ ਲੂਹੇ ਲੱਸੀ ਦਾ ਲੋਟਾ ਮੰਗਾ ਲੈਣਾ। ਦੀਆ ਜਿਉਂਦਾ ਰਹੇ ਕਾਕਾ, ਬੜਾ ਹੀ ਚੰਗਾ, ਬੜਾ ਹੀ ਚੰਗਾ। ਬੈਠ ਜਾ। ਨਹੀਂ ਚੌਧਰੀ, ਬਹਿਣਾ ਨਹੀਂ। ਅੱਧੇ ਰੇਕ ਸੁਣਿਆ ਉਹ ਲੈ। ਉਹ ਸੁਨੇਹ ਦਾ ਪਤਾ ਹੈ ਮੈਨੂੰ, ਪੁਲਿਸ ਦੀ ਨਾਕਾਬੰਦੀ ਬਣਨੀ ਹੈ ਨਾ, ਬੰਦੇ ਸਾਂ। ਨਹੀਂ ਇਹ ਗੱਲ ਨਹੀਂ, ਡੇਰਾ ਦੇ ਪਿੰਡ ਜਾ ਕੇ ਨਜ਼ਾਰਿਆਂ ਕੋਲੋਂ ਵੰਡ ਖੋਣੀ। ਉਹਨੂੰ ਆਖ ਹੋਏ ਪਹਿਲਾਂ ਕਤਲ ਪਹੁੰਚਾਵੇ, ਔਰ ਹੋਰ ਜ਼ੁਲਮ ਨਾ ਕਰੇ। ਪਹਿਲਾਂ ਜ਼ੁਲਮ ਵੀ ਯਾਰ ਸਮਝ ਕੇ ਪੀ ਗਏ। ਉਹ ਮੇਰੇ ਪਿਓ ਦਾ ਹੁਕਮ ਹੈ, ਅੱਜ ਸ਼ਾਮ ਤੱਕ ਨਜ਼ਾਰਿਆਂ ਕੋਲੋਂ ਜ਼ਮੀਨ ਖੋ ਲੈਣੀ ਹੈ। ਤੇਰਾ ਪਿਓ ਮੁਜ਼ਾਰੇ ਨੂੰ ਆਪਣੀ ਧੀ ਦੇ ਦੇ ਸੀ, ਉਹ ਕਿਵੇਂ ਸੱਚਾ ਜਾਣਿਆ? ਤੇ ਮੁੜ ਮੈਂ ਮੁਜ਼ਾਰੇ ਕੋਲ ਉਹਨਾਂ ਦੀ ਮੰਗ ਕਿਵੇਂ ਖੋ ਸਕਣਾ ਹੋਏ? ਤੈਨੂੰ ਸਿਰਫ ਇਸ ਲਈ ਆਖਿਆ ਜਾਣਿਆ ਕਿ ਤੂੰ ਮੇਰਾ ਪਿਓ ਦਾ ਯਾਰ ਹੈ, ਤੇ ਅਸਾਂ ਤੈਨੂੰ ਇਸ ਯਾਰੀ ਦਾ ਮੁੱਲ ਵੀ ਦੇ ਦੇਣਾ ਸੀ। ਆਖ ਦਈਆਂ ਆਪਣੇ ਪਿਓ ਨੂੰ, ਅੱਜ ਅਸਾਂ ਯਾਰੀ ਦਾ ਨਿਸ਼ਾਨ ਮੁਕਾ ਕੇ ਦੁਸ਼ਮਣੀ ਦਾ ਨਿਸ਼ਾਨ ਪਾ ਦਿੱਤਾ ਹੈ। ਇਹਨਾਂ ਦੇ ਹਿੱਸੇ ਦਾ ਦੁੱਧ ਸਾਡੇ ਕੁੱਤਿਆਂ ਨੂੰ ਪਾ ਦੇ ਯਾਰੂ। ਚੌਧਰੀ ਸਾਹਿਬ, ਮੈਂ ਮਾਲੂ ਦੇ ਪਿੰਡ ਜਾਣਾ, ਜੇ ਤਬੀਅਤ ਕਰੇ ਤੇ ਨਾਲ ਲਈ ਜਾਓ। ਬੱਚਾ ਚੌਧਰੀ ਸਾਹਿਬ, ਇਹਦੀ ਤਕੜੀ ਬੜੀ ਭੈੜੀ ਜੇ। ਹੋਏ ਸੀ ਆਪ ਬੜੇ ਬਦ ਦੇ ਪੁੱਤਰ, ਦੱਸ ਹੋਏ ਮਾਲੂ ਨਾਲ ਕੀ ਕੰਮ ਹੈ ਤੈਨੂੰ? ਜਿਹੜਾ ਇੱਕ ਛੋਟੇ ਆਦਮੀ ਨੂੰ ਵੱਡੇ ਆਦਮੀ ਨਾਲ ਹੋ ਸਕਦਾ ਚੌਧਰੀ ਸਾਹਿਬ, ਬਹਿ ਜਾ ਪਿੱਛੇ। ਮੈਂ ਇਹਨਾਂ ਦੇ ਨਾਲ ਨਹੀਂ ਜੇ ਚੌਧਰੀ ਸਾਹਿਬ, ਇਹਨੂੰ ਨਾ ਪਾਓ, ਇਹਨੇ ਤੁਹਾਡੀਆਂ ਗਿੱਟੀਆਂ ਚ ਬਹਿ ਜਾਣਾ। ਹਾਏ, ਜੇ ਏਡਾ ਹੀ ਡਰਨਾ ਹੈ ਤੇ ਟਰੈਕਟਰ ਤੂੰ ਚਲਾ, ਇਸ ਕੰਮੀ ਦੇ ਨਾਲ ਅਸੀਂ ਆਪ ਜਾਵਾਂਗੇ। ਚਲਾ ਟਰੈਕਟਰ। ਲਓ ਬਈ ਭਰਾਓ, ਇਹਦੀ ਆਈ ਜੇ, ਇਹਨੇ ਨੀ ਜੇ ਬਚਣਾ। ਤੇਰੇ ਕੋਲ ਕੋਈ ਔਜ਼ਾਰ ਵੀ ਹੈ ਜਾਂ ਖਾਲੀ ਹੱਥੇ? ਓਏ, ਔਜ਼ਾਰ ਤੋਂ ਵੱਧ ਆਪਣੇ ਡੰਡਾਂ ਤੇ ਮਾਨ ਹੈ। ਫਿਰ ਕਵਾੜੀ ਰੱਖ ਲਾ ਓਏ ਮੂਰਖਾ, ਦੁਸ਼ਮਣ ਦਾਰੀ ਚ ਖਾਲੀ ਹੱਥ ਨਹੀਂ ਰਹੀਦਾ। ਓਏ ਦੁਸ਼ਮਣ ਤੇ ਅੱਖ ਚੱਖ ਪਾ ਕੇ ਡੇਗ ਲਈਦਾ। ਟਰੈਕਟਰ ਟਰੈਕਟਰ ਕਿਉਂ ਰੁਕਵਾਏ? ਜਰਾ ਗੌਰ ਨਾਲ ਪਛਾਣ ਓਏ, ਜਿੱਥੇ ਤੂੰ ਨੂਰੇ ਦਰਲ ਦੀ ਭੈਣ
ਸ਼ਮੋਂ ਦਾ ਰਿਸ਼ਤਾ ਮੁਕਿਆ ਸੀ। ਹਜ਼ਾਰ ਕਾਡਾ ਮੁਰਦਿਆ ਤੈਨੂੰ ਨੂਰਾ ਦਲਾਲ ਦੱਸੇ ਭੈਣ ਦੇ ਸ਼ਗਨ ਕਿਵੇਂ ਕਰੀਦੇ ਨੇ। ਲਾਸ਼ ਮਾਲੂ ਕੋ ਲੈ ਜਾ, ਨਾਲੇ ਆਪਣੀਆਂ ਰੰਨਾਂ ਨੂੰ ਕਹਿ ਦੇਣਾ ਕਿ ਇਹੋ ਜਿਹੇ ਕੁੱਤੇ ਜੰਮਣੇ ਛੱਡ ਦੇਣ, ਨਹੀਂ ਤੇ ਸਾਰੀ ਨਸਲ ਦਲਾਲ ਕਰ ਦਿਆਂਗਾ। ਮੈਨੂੰ ਆਪਣੇ ਮਖਲੂਰ ਪੁੱਤਰਾਂ ਨੂੰ ਖੈਰ ਲੋਕੇ ਤੋਂ ਬੁਲਾਇਆ ਪਵੇਗਾ ਯਾਰ, ਤੁਰੇ ਦੀ ਨਾਟ ਦਾ ਮੁੱਲ ਪਾਵੇਗਾ। ਪਿੰਡੋਂ ਨਵਾਰਤ ਹੋਏਗਾ ਅੱਜ ਬੇਵਾ ਦੇ ਪਿੰਡੋਂ ਪੰਡ ਵੀ ਲਵਾਂਗੇ ਤੇ ਜਾਨ ਦੇ ਪਿੰਡ ਦਾ ਤਖਤਾ ਵੀ ਕਰਾਂਗੇ। ਪਰ ਪਿੰਡ ਦੇ ਬਾਅਦ ਪੁਰਸ ਦਾ ਪਹਿਰਾਵਾ ਸੁਲਾ ਬਚਣਾ ਮੇਰਾ ਕੰਮ ਹੈ। ਰਾਜੀ ਮੋੜੋ ਲੈ ਕੇ ਜਾ ਰਹੇ ਹੋ? ਹਜ਼ੂਰ ਕਣਕੇ ਜੀ, ਜਨਾਬ ਵਾਲੀ ਮੰਡੀ ਵੇਚਣ ਚੱਲੇ ਆ। ਇਹ ਚੌਧਰੀ ਸਾਹਿਬ, ਤੁਸਾਂ ਤੇ ਕੁੱਤਿਆਂ ਤੇ ਵੀ ਨਜ਼ਰਬੰਦੀ ਲਾਤੀ ਹੈ ਜਨਾਬ। ਲੈ ਜਾਓ ਜਾਓ, ਉਹ ਚਲਾਓ ਜਲਦੀ ਕਰ। ਇੰਸਪੈਕਟਰ ਜ਼ਮਾਨ ਅਲੀ ਖਾਨ ਦੀ ਨਾਕਾਬੰਦੀ ਹੈ, ਕਿਸੇ ਗੱਲ ਨਾਲ ਹੀ ਟੁੱਟੇਗੀ। ਕਿੰਨੇ ਡੱਕਿਆ ਬੰਦੂਕਾਂ ਦੇ ਮੂੰਹ ਬਾਲੀ ਦੇ ਪਿੰਡ ਵੱਲ ਕਰ ਲੋ, ਬਾਲੀ ਨੂੰ ਪਤਾ ਲੱਗ ਜਾਏ ਕਿਆਮਤ ਸਿਰ ਤੇ ਆ ਗਈ ਹੈ।
अपने पिंड का हर बुआ बंद वेख के तेनू यकीन ते आ गया होगा कि मालू आया। इस पिंड के चौक विच कल्ली औरत नू सिर चुक के खलोतिया वेख के तुम्हें समझ जा के बाली दी मां है। ओए जे बाली ने तेनु ऐसे माफी मंगन लई भेजे जगू एक बारी ओदे मामे ने तानू हवेली विच जाके समझाया सी कि आज जे मां आखरी बार तानू इस चौक विच खलो के समझा रही जे कि ओदी पैन दे पैरां विच अपनी पग्गां सुट के वापस छुट जाओ। जे बाली पहुंच गया ते सिर ताडे सर वापस जानगे सिर इत्थे ही रह जानगे। पुत्रां नू पार कटने अज असां अनाज दी बोरियां ਉਹਨਾਂ ਦੀਆਂ ਲਾਸ਼ਾਂ ਨਿਕਾਲੀਆਂ ਨੇ। ਸਾਡੀ ਮੌਤ ਰੋਕਣ ਲਈ ਤੇ ਮੈਂ ਉਸ ਤੂਫਾਨ ਨੂੰ ਮਾਮੇ ਦੇ ਪਿੰਡ ਡਾਕ ਆਈਆਂ ਪਰ ਉਹ ਪਿੰਡ ਇੰਨਾ ਦੂਰ ਵੀ ਨਹੀਂ ਜੇ ਕਿ ਤੁਸੀਂ ਵਾਪਸ ਜਾ ਸਕੋ। ਇਹ ਵੀ ਨਾ ਭੁੱਲਣਾ ਕਿ ਇਸ ਮਾਂ ਦਾ ਇੱਕ ਪੁੱਤਰ ਉਹਦੇ ਮੋਢੇ ਨਾਲੇ ਬਾਹਰ ਆਵੇ ਲਾਠਿਆ अंदर तुर जा मां तेना मुर्दियां दी रसीद तेनू आके पहुंच जाएगी। ओए कल्ला इन्निया वटिया ते काटा इन्ना छोटा आ बाली ते मामे नू भी लै आया ओए असी इस पिंडों लाशां ते लहू दी देख ले जा रही है। मरण तो पहला भैन नू सूआ जोड़ा पवा लवे हवेली च जाके वोटी त लगे ਸਦਮੋਈ ਲਾਸ਼ ਨੂੰ ਬੋਰੀ ਚ ਬੰਦ ਕਰ ਦਿਓ। ਪੁੱਤਰ ਬੋਰੀ ਚ ਬੰਦ ਵੀ ਹੋ ਚੁੱਕਾ ਈ ਤੇ ਮਰਨ ਵੀ ਲਗਾਈ। ਇਹਦੇ ਕੋਲੋਂ ਆਖਰੀ ਖਾਸ਼ ਤੇ ਪੁੱਛ ਲੈ ਡਿੱਗਿਆ ਰੁੱਖ ਨੂੰ ਕਦੇ ਪਾਣੀ ਨਹੀਂ ਦੇਈਦਾ ਮਾਰ ਸੁਗੋਲੀ ਇਹਨੂੰ ਮਾਰੀ ਜਾਣਾ ਚਾਹੀਦਾ। वे गोली दी आवाज ते जग नहीं सुनी होवेगी। तू ए दस मालू बोरी विच सीधी आवाज ते नहीं आई। ओ तोते जी चौधरी जी इस लाश नु चुक के ट्राली सुटते होए। अच्छा जी शेरू जी अबा तू मौलवी नु सद के बाली दी बहन दा ब्याह रचा। घबरा क्यों गई है कल्ले बाली दे मुकाबले ले कल्ला पुत्र छड़ चले जा तू पुत्र नू ले आ ते दादू कंजरी ले आवेगा। ਦੁਸ਼ਮਣ ਤੜ ਤੜ ਗਏ
ਡਰ ਦੇ ਗੱਭਰੂ ਜਵਾਨੀ ਦੇ ਨਾਂ ਕੋਲੋਂ ਡਰ ਦੇ ਕਿਧਰੋਂ ਦੀ ਲੰਘੇ ਲੋਕੀ ਸਿਰ ਨੀਵੇਂ ਕਰ ਦੇ ਗੱਭਰੂ ਜਵਾਨੀ ਦੇ ਨਾਂ ਕੋਲੋਂ ਡਰ ਦੇ ਸੀਨੇ ਵਿੱਚ ਦਿਲ ਮੇਰਾ ਧੱਕ ਧੱਕ ਕਰਦਾ ਬਾਲੀ ਤਿਆਲੀ ਤੱਕ ਨਹੀਂ ਅਪੜਿਆ ਤੇ ਤੂੰ ਹੀ ਗੁੱਡੋ ਦਾ ਵਕੀਲ ਬਣ ਕੇ ਨਿਕਾਹ ਦੀ ਇਜਾਜ਼ਤ ਦੇ ਦੇ ਗਵਾਹ ਫਿਰਜਾ ਬਣ ਜਾਏਗਾ ਤੇ ਤੂੰ ਮਾਲਵੀ ਬਣ ਜਾ ਕੰਮ ਦਾ ਚੌਧਰੀ ਤੈਨੂੰ ਗੁੱਡੋ ਕਬੂਲ ਹੈ ਉਧਾਰ ਲਾਵਾਂ ਓਏ ਮੈਂ ਨਾ ਕੁੱਤਿਆਂ ਦੇ ਸਾਰੇ ਉਧਾਰ ਲਾ ਦਿਆਂਗਾ ਓਏ ਲਾ ਦਿਆਂਗਾ ਆਪਣੀ ਪਛਾਣ ਕਰਾ ਓਏ ਪੁੱਤਰ ਮਕਲਾਵੇ ਆਏ ਮਾਲੂ ਕੋਈ ਕੰਜਰੀ ਸਾਧ ਨਹੀਂ ਨਹੀਂ ਇਹ ਕੱਲਾ ਤੇ ਅਸੀਂ ਸੱਤ ਆ ਹਾਲੇ ਤੱਕ ਮੈਨੂੰ ਯਕੀਨ ਨਹੀਂ ਆਇਆ ਕਿ ਇਹਨੇ ਵਾਕਈ ਕਤਲ ਕੀਤਾ ਕਿ ਨਹੀਂ ਹਾਲੇ ਤੇ ਮੈਂ ਇਹਨਾਂ ਨੂੰ ਵੀ ਕਤਲ ਕਰਨਾ ਓਏ ਕਿਵੇਂ ਮੰਨ ਲਵਾਂ ਜਿਸ ਪਿੰਡ ਚ ਹਾਲੇ ਤੱਕ ਪੁਲਿਸ ਚੌਕੀ ਨਹੀਂ ਬਣੀ ਉੱਥੇ ਕਾਤਲ ਕਿਵੇਂ ਜੰਮ ਸਕਦਾ ਔਰ ਮੈਦਾਨ ਚਾਣਾ ਸਿੱਖਿਆ
ਇੱਕ ਮੈਦਾਨ ਹੋਰ ਲੱਗ ਗਿਆ ਤੇ ਪੂਰਾ ਥਾਣਾ ਮੇਰੇ ਪਿੰਡ ਚ ਹੋਵੇਗਾ ਤੇ ਤੁਸੀਂ ਓਏ ਤੁਸੀਂ ਸਾਰੇ ਮਸੀਤ ਦੀ ਅਗਲੀ ਸੱਤ ਚ ਬਹਿ ਕੇ ਨਮਾਜ਼ਾਂ ਪੜ੍ਹ ਰਹੇ ਹੋਵੋਗੇ ਜਾਂ ਆਪਣੀ ਹਯਾਤੀ ਲਈ ਦੁਆਵਾਂ ਮੰਗ ਰਹੇ ਹੋਵੋਗੇ। ਹੱਕ ਨਹੀਂ ਹੈ ਨਾ ਪੁੱਤਰੀ ਨਾ। ਓਏ ਹੁਣ ਮੈਦਾਨ ਨਾ ਲੈਣਾ ਨਹੀਂ ਤੇ ਤਾਰੋ ਕੰਨੀ ਰਹਿ ਜਾਏਗੀ। ਜੇ ਦੱਸੋ ਮੈਂ ਇੱਕ ਦੂਸਰੇ ਹਾਲੀ ਤੱਕ ਤੇ ਜਾ ਕੇ ਆਉਣੀ ਇਹਦਾ ਪਿੱਛਾ ਕਰੋ। ਖਬਰਦਾਰ ਜਿਹਨੇ ਅੱਗੇ ਕਦਮ ਚੁੱਕਿਆ ਗੋਲੀ ਮਾਰ ਦੇਗਾ। ਜੇ ਹੁਣ ਪਤਾ ਲੱਗਿਆ ਕਿ ਬੋਰੀਆਂ ਚ ਕੀ ਗਿਆ ਸੀ ਤੇ ਕੀ ਵਾਪਸ ਆਇਆ। ਇਹ ਕੌਣ ਹੈ? ਮਸੀਤ ਦਾ ਮੁਸਾਫਿਰ ਹੈ ਸਾਹਿਬ ਜੀ, ਰੋਟੀ ਖਾਣ ਲਈ ਆਇਆ ਸੀ। ਤੁਸੀਂ ਸਾਨੂੰ ਹੁਕਮ ਕਰੋ, ਇਹ ਲਾਸ਼ਾਂ ਚੁੱਕੋ ਤੇ ਮੇਰੇ ਨਾਲ ਆਓ। ਹਜੇ ਵੀ ਵੇਲਾ ਹੀ ਤਾਰੋ, ਇਹਨਾਂ ਨੂੰ ਸਮਝਾ ਦੇ ਨਹੀਂ ਤੇ ਇੱਕ ਦਿਨ ਇਸ ਹਵੇਲੀ ਇਸੇ ਤਰ੍ਹਾਂ ਕਲਮ ਕੱਲੀ ਰਹਿ ਜਾਏਗੀ। ਹੁਣ ਇੰਜ ਲੱਗਦਾ ਆਪਣੇ ਮਖਰੂਰ ਪੁੱਤਰਾਂ ਨੂੰ ਬੁਲਾਉਣਾ ਹੀ ਪਏਗਾ। ਹਾਲੇ ਤੇ ਸਿਰਫ ਚਾਰ ਹੀ ਆਏ ਨੇ ਤੇ ਗਰਦਨ ਸੁੱਟ ਲਈ ਹੈ। ਜਦੋਂ ਸਾਰੀ ਇੱਥੇ ਆ ਜਾਓਗੇ ਤੇ ਫਿਰ ਕੀ ਬਣੇਗਾ? ਜੇ ਕਮੀ ਤੇ ਦਾਰੋ ਨੂੰ ਜ਼ਹਿਨ ਵੀ ਸਿਖਾ ਦੇ। ਕਰਨੀ ਸਭ ਨੂੰ ਭਰਨੀ ਪੈਂਦੀ ਜ਼ੁਲਮ ਦੇ ਦਿਨ ਵੀ ਥੋੜੇ, ਸਭ ਕੁਝ ਸਮਝੇ ਮੂਰਖ ਬੰਦਾ ਫੇਰ ਦਿਲ ਨੂੰ ਤੋੜੇ। ਉਹ ਜੀ ਜ਼ਿੰਦਾ ਹੁਸੈਨ ਰਹਿੰਦਾ ਸਿਮਰ ਫਨਾ ਹੁੰਦਾ, ਜ਼ਿੰਦਾ ਹੁਸੈਨ ਰਹਿੰਦਾ ਸਿਮਰ ਫਨਾ ਹੁੰਦਾ। ਸਦਾ ਪਿਆਰ ਦੁਆ ਕਰੋ ਏ ਬਾਲੇ ਪੁਲਿਸ ਕੋਲੋਂ ਭੱਜ ਜਾਏ। ਜੇ ਪਖਾ ਲਈ ਜਨਾਬ ਇਹਨੂੰ ਕੁਝ ਕਟਾਣੀ ਕਰ ਜੀ, ਮੁਲਜ਼ਮ ਨੂੰ ਕੁਝ ਕਟਾਣੀ ਕਰ। ਮੁਲਜ਼ਮ ਨੂੰ ਪਹਿਲੇ ਨਹੀਂ ਨਾ ਕਰੋ ਜਨਾਬ, ਪਹਿਲੇ ਦੋ ਇੱਟਾਂ ਰੱਖ ਲੈ, ਇੱਟਾਂ ਰੱਖ ਲੈ, ਇੱਟਾਂ ਰੱਖ ਲੈ। ਮੌਲਾ ਖੁਸ਼ ਰੱਖੇ ਬਾਗ ਲੱਗੇ ਰਹਿਣ, ਗੜਬੂਟੀ ਹਰੀ ਕਮਲਾ ਸੁਭਾ ਮੌਲਾ ਖੁਸ਼ ਰੱਖੇ। ਇੱਕ ਸੌ ਦਾ ਨੋਟ ਤੁਹਾਡੇ ਕੋਲ ਟੁੱਟਾ ਹੋਏਗਾ ਤੇ ਸਾਨੂੰ ਦਿਓ, ਅਸੀਂ ਹੁਣੇ ਵਾਪਸ ਕਰ ਦਿਆਂਗੇ। ਅਸੀਂ ਮੁੰਜੀ ਖਰੀਦਣੀ ਹੈ ਜਨਾਬ। ਵੈਸੇ ਬਾਈ ਚਾਨਸ ਤੁਹਾਨੂੰ ਮੇਰੀ ਵਰਦੀ ਤੋਂ ਖੌਫ ਨਹੀਂ ਆਇਆ? ਓਏ ਤੇ ਨਕਲੀ ਵਰਦੀ ਹੈ, ਮੈਨੂੰ ਤੇ ਕਦੀ ਅਸਲੀ ਵਰਦੀ ਕੋਲੋਂ ਖੌਫ ਨਹੀਂ ਆਇਆ। ਨਾ ਵਜਾ ਇਸ ਲਈ ਕਿ ਮੇਰਾ ਨਾਂ ਬਾਲੀ ਹੈ। ਬਾਲੀ ਓਏ ਖੁਸ਼ ਕੀਤਾ ਯਾਰ, ਜਾਨਣਾ ਤੇਰਾ ਨਾਂ ਬਦਲਾ। ਇਹਦੇ ਪੈਸੇ ਵਾਪਸ ਕਰ, ਵਾਪਸ ਕਰ, ਵਾਪਸ ਕਰ ਦੇ। ਨਹੀਂ ਤੁਹਾਨੂੰ ਨਹੀਂ ਨਹੀਂ ਇਹ ਪਤਲੂਨ ਹੁਣ ਤੇਰਾ ਬਤ ਹੋਏਗਾ। ਮੈਂ ਦੋ ਲਾਂਗਾ ਜਨਾਬ। ਓਏ ਤੁਹਾਡੇ ਦੋਵਾਂ ਨਾਲ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ।
ठीक है जी, तुम खुशी रही है पर सानू कुछ हो गया जी। तेरे को कोई टुटे पैसे हो गए असी जरा पतलूना वगैरह तो आ लिए, चादर पुत्र भी दे दो अपनी जो थानी तुम कि जिन्हें पैसे कमेगा दे देंगे। मैनू किसी ऐसे पिंड पहुंचा जिथे असला ते कोड़ा मिल जाए। इतने तो कोई पिंड ऐसा जिथे कोई बंदे का पुत्र नहीं रहा। तुम ही उस पिंड का पंडा? आहो तुम भी उत्थे ले जाना मैं। मेरा मतलब है कि उत्थे बस एक बंदा है जिदा नाम जानना है, एक शमो खंड। शमो खंड किस बुला का नाम है? वह भी थोड़ी तबीयत की है बिल्कुल अथे से हाथ छुट। आओ मैं तुम्हें उधर मिला देना। आओ लो हजूर ए जे शमो खंड, पर यदा राशन कार्ड बरूद खाने बंद है जे। यार सोनी तो बड़ी है, पता नहीं मिठी भी होगी। मिठी भी बहुत है, नेड़े ना जाना नहीं तो कीड़िया चंबड़ जानी है। तू तो किसी अपनी चिट्ठी वेख्या कर। नाराने नूरे नु बुला, एनु दड़ल करे। पहला मरण वाले की मां का ना तो पूछ लवा। जिस मैदान मैं जावा उसे कभी मावा ने पुत्र नहीं भेजे मुटियारे। मेरे वीर ने एक साल से चार कतल किए। केड़ी तलवार फेर दी तू? असा एक तीन चार कतल किए ने। किधरे तेरा नाम बाली के ने? आहो एदा नाम बाली है। ओ भरा नू ना दस तू नाम सुन के मर जाएगा। तू किधरे ना कह दी कि बाली जी तुम मैं बड़े चंगे लगे हो, इस तरह मैं शोरा लगा। और जा पा जाके तू असला ले जा। ओए असले दे नाल जो सानू थोड़ी जिनी खंड भी मिल जावे तो तेरा की जाता है। मैं क्या तू इतने असला लैन आया कि गट्टा बेचना आया? खंड मिल जाए तो की जाता जा शाबत जा असला लै। जवान नु पानी तो प्या लें जी। ओए वो पी भी जाए गई जान दे तू बड़ा सखर की है। और तू तो आ और तुसी चलो, मैं बस आया थोड़े पीछे, मैंने एक काम है। ओए हला हला इतनी आ गई मेरे पीछे। आया जी पीछे पीछे। मैं क्या जनाब की तारीफ की है? मैनू माजा गुड़ कहने ने। गुड़ 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 अबलदार। यस सर। ओए इस मुटियार नु दस कि मैं कौन हूं? पंड। ओए उल्लू दा पटाका बिना दलील। अच्छा तुसी ओ हो जी? मैं ओ के जरा परे ही रह के। अबलदार। यस सर। मेरे मुंह ते पानी मार। ओ पानी दे गोली गोला मार दे। ओए सलाम आखना चौधरी। वालेकुम अस्सलाम। रज्जो आ एक प्रौणा होर आ गई, बज के रोटी लाया। नहीं चौधरी मैं रोटी नहीं खावगा। जे तेरा ना ही जहान खाने तो मैनु सिर्फ कौड़ा ते बंदूक चाहिए। अमर बैठ जा, रोटी ना खांदा ते ना सही। जावे दुध का गिलास लाया। और भाईया खैर तो है ही, अब किदा पुलिस मुकाबला तो ना करना। मुलक ते कानून की इज्जत करना वा, सिर्फ कुछ कतल करने ने पहले भी को कतल की थी। चार अज करके आया, बाकी दे कल तक मुका देंगा। कल तक जवान का ना की बाली। मर मालू दे घर वाइन तू पुआए नहीं। हाले स्वाद नहीं आया चौधरी। अरे वीरा। ओए दादा साडा घोड़ा लाया ते जवान नु असले दी पंड बन दे। नहीं चौधरी सानू सिर्फ एक रफल चाहिए बस। जे गल ते मर जड़ी पसंद दी चाल है। रब राखा चौधरी। रब राखा चौधरी साहब। जग्गू दे मफरूर पुत्र पिंड दा तख्ता उल्टन आ रहे ने। ओए वाच आ रहे ने। मैं तो उन्हें उस दिन का उड़ीक रहा जिस दिन दी नूरे ने लाश कर ली।
खैर ते है बाली, एक सिर दुध पीता तेरे पिंड का, चार सिर लो दे के जावांगा, वैसे बैठा रहो, तेरे दुश्मन में आप सांभलांगा। जेड़ी अग माया बाला ओनू सेक दा भी माया पा, एथू चला जाए किधरे ना होवे कि मेरे कमी तेनू धक्के दे के बाहर कट देवन। फिर बंदूक सांभ, इस वेले मेरे तो वादे दी तेनू लोड़े, तो कोड़ा इस नाल लैके जा रहा, तू मैदान च नसना भी चाहे ते ना नस सके। लगता है इधरों तू बिजनेस हो आया, तो उधरों मैं वर्दी पड़वा आया, पर चलो कोई नहीं, घोड़ा तो मिले ना, ये नक तो पूछ लेना सी। आ टोर बिगड़िया शक्ला और मालू दा पिंडू ते नहीं आईया। किधरे शोखा मूरा दल ते नहीं? और नहीं जनाबे अली नहीं, और मैं ते जहान खान दा कमिया कमी, ते जे तुसी जग्गू दे मफरूर पुत्तर हो ते तानू लैन नहीं आया। और जे तू सानू लैन आया और ते फिर भी जानदा होएगा, असी इस पिंड दा तख्ता करके शम्मो खान नू लै जाने ओए पक्का पीए। ओए जे तुसी खंड लैण आए हो ते मेरे नाल चलो मन्ने ट्रंक दे डिपू ते, उथे मैं तुहानू खंड दे नाल नाल आटा भी लै देना, तुसी खांदे भी तो बड़ा होवोगे। ओए नहीं माजे नहीं, असां जहान खान दा हुक्म जरूर मन्ने। आहो मेरे नाल, मैं तुहानू शम्मो खंड नाल मिलावा। आओ ओ शम्मो, ओए तुहानू चुकन लई आए नी। ओ लो जी चौधरी साहब, ऐ जे शम्मो खंड ते नाल तुहानू ऐस लई लै के आया कि ताडे दिल च कोई हसरत ना रह जाए, शमक दूर सी ते मौत सिर्फ। भाई जान मेहरबान करो ना साहबान, ये शमक खंड दे नाल हैगी जे बिलो बिस्कुट, पर ये बिस्कुट तुहाडे कोल छप्पिया नहीं जाना, क्योंकि इंसान दा बच्चा पहले भी तुहाडे पिंड दे तुहाडे वर्गे चार सूर मार चुके है, कुचला दे के नहीं बल्कि बाई हैंड ते मर तुसी भी जाना, और सर्कस दे गेंडे हो। तुसी की है शेर दी जम्मो खंड दी बांह फड़के अपने अपने हथियार ते हाथ पक्के कर लवो। मौत ने मोहलत नहीं दी दिती, तेन मारना इसलिए नहीं कि तू शम्मो खंड का हाथ फड़ के साडे नाल हवेली तक जाएगा, उस तो बाद असा तेरा मुर्दा कसीड़ दिया जाने दी पैन सच तक आई। एना कुत्तिया नू पटा पावे बाली। Thank you.
दौड़ चलो मेरे भरावो और पूरा पिंड पै गया जे बड़ा पक्का निकले हैं भाई बाली तोल के वेख ले जहान खान तेरे घर दे पीते दूध तू बद लौ डुलिया के नहीं चंगा होए आपे ही आ गए मैनू रसूले दे मुंह ते लगी चपेट दा ओदे कतल होण दा भी वादा दुख है ते मैनू ए दुख है कि ओ मेरे हथों क्यों नहीं मोया ओए रजत ते शम्मो खंड लई साडे च दो पड़ैये पसंद कर ये बात के पुत्रों ने लव सुंगदारो वेख ते सही किन्ना बेगैरत है तेनू ए मेहंदी वापस करांगी जाने जरूर वापस करांगी साढ़े पिंड नू चार सिर लो दिता तो मैं उसके बदले मालू नू चार बार गोशत दे दिता है तेरे चारे मफरूर मार ते नहीं दिते ओ सियाणी चार रब दी सौंझ बहन दे दुश्मन चार सौ भी अंदर ते मार दिंदा उन्होंने तो बाली भी मारी काफी थी और तुसा दोवां ने मेरे सिर ते एहसान दा इन्ना वड्डा भार रख दिता है जिन्हों मैं मार के भी नहीं ला सकता मोर एक दा एहसान ला दियो है मैं तो शम्मू दा बिरा मैं अपना फर्ज पूरा कीता है पर जेड़ा कम बाली ने कीता है वो कोई कोई करेंदा है और असी दे सारे दुश्मन दड़ल कर देंगे नहीं आए तो पुलिस तो मफरूर है हर वेले मौत से मुंह चराना पहला भैन नु फिर चार वैरतमंदी नूरिया हां कर दे पहला बाली कोल तो पूछ ले साटे वालों दो बार हां समझ Thank you.
किसी के खिलाफ परचा ना देके अपने आप ना जुल्म कीता मानो तानू सारे इज्जत महंगी पड़ेगी। सानू थाने लियावे ते सजा दिया कर इंस्पेक्टर, मशवरे कोल रखिया कर, तब हो जाए तो आओ चलिए। मामूली भूचाल आवे तो धरती कंब जाती है, सामने क्यामत भी आई है। तो जीने जदू चार फैगारत मेरी पैर नू चुकन गए सन ते ना बाली ने भी नहीं सी दस्या ते दसांगा मैं भी नहीं। सिर्फ समझ लो ते बाली दी मां ते पैन ते सामने ना चिकन वाली कांदा। ओए नूरा तड़ल तू है। ओए अदू दसांगा जदू तड़ल कर दियांगा। ओए तेरे लव नाल ते रसूले दी कबर रंगनी है, तगड़ा हो जाए। ओए मामे दे जिंदिया कट्टो दे वीर किले मर सकते ने। उल्ट आ गई है, इन्हें बाली का पिंड बर्बाद नहीं कर देना। चल जाने के पिंड चलते एक कदम भी एक चुके गोली मार देंगे। इंस्पेक्टर दुश्मन मेरे यार से पिंड वर जा रहे नहीं, जे मैनू रोकेगा पिंड पंचन तो रोकना मेरा काम है। अगे लग ओ
कमिया जाना किसे है? जाने बहुत कट और तेन इस पिंड हर कोई जाना नजर आएगा। जाने बाहर निकल आए जिस टाइम दे हथों पाली ने दुध पीता और तेरे तारे का तोड़ा रिश्ता बगैर तो सर तेनू दो बारी कतल करा ला मामिया मामा तो सिर्फ गुड्डो दवा इस घर जाना समझो तेनू बिन के रख दिया पुत्रो करना है चौधरी ऐस फर्ज तो वेला होके छेती में बाहर आ जाए तेरी बहन से तेरा बच्चा और कल्ले नहीं
मेरे मौला, मैनू ईमान देवी भावे ना देवी, पर मेरे दुश्मन को बदला लेने तौफीक जरूर देवी, तौफीक जरूर देवी मेरे मौला। हट के इस खलोते हैं कि तू साडा न्यौंदरा गिन सके। गली गली ते कर कर लाशा पईयां ने जानिया, ते एक लाश तेरी हवेली च भी पई यू, ओ बाली को सराखत करा ली। मेरी भी सराखत कर ले, रज्जो दा कातल मैं, मसीत च डिगण वाले नू मैं मारे ही। ओए रब दी सब तुहाडे मुर्दे बड़े खराब हसन, और मैं अपना न्यौंदरा गिरी बैठा कुत्तिया, पर मेरा न्यौंदरा पुलिस भी न गिर सकती। खबरदार ओए हथियार छुट दियो, और थाने दा रास्ता है वो आज जवान नहीं सी, आज तुम ही मारिया जाएगा। जानिया गोली मार दे अजे। ओए सत जमीनों ते सत आसमानों दे विचकार, ए जिथे भी नस के जानगे इन्हां नूं चानना सामने दिसेगा साफ। ओए नस के कित्थों तप जानगे, अगे लगाए मैनू भी नाल लै चल थानेदार। रिश्वत माले? नो सर। तेरे पीऊ का माले? नो सर। कंजरा का माले? यस सर। नो सर। साडा माल? यस सर। तेरे को की कर रहे? सारे ते मेरी तनख्वाह है। साडा हवाला? यस सर। और तू नहीं, मेरा साथी हवाला। माई बाप एक दसा का नोट चाहिए। तू बैर की होर तुम मैं साइंसदान लगन दे। असलम असलम साथी गल सुन, इन्हों वर्दियां कब कर लो, इन्हों वर्दियां भेजी तो बैठी करे। हजूर की गलत आर्डर देन दे है, देखो रहने लसंसी जब्त कर लो। क्या इंसाफ किया जे, हमेशा सारी जिंदगी लसंसी जब्त करना, कभी डांगे वाले का कर ले, कभी रक्षे वाले का, कभी साडा। बकवास ना करे, चल के वटी लो। की तुसी धोणियां ने, माई बाप पुलिस वाले रहो, धोबी ना बनो। बक नहीं आए वर्दी ला, नहीं तो मैं अंदर बंद कर देंगा। अच्छा जी ला देने, वर्दी की केड़ी गल है, ताडे कोल कोई टेड़ बनने वास्ते चादर होएगी। और तौबा क्या उन्नी हवालदार भर्ती कर लिया, चलिया जनाब। सर साहब आ रहे हैं, मोलू के बाली सारे फड़ेगा ने, एस पी साहब नाम ने। और दूसरे दिन थाने लाश आ जाती है, बस इंस्पेक्टर जुलम कौन करता है? सर पहल मालू ने की थी। तो इंतहा मैं कर देंगा। सर कौन है इंस्पेक्टर? मालू को पूछ लो। मालू क्या है? हर एक की छाती से कम करके सुनता जा, जिदे दिल की धड़कन बंद हो गए समझ लवे वो मालू है। यू शट अप। इज्जत रहा इज्जत, कतल कीते ने किसे दी कुड़ी नहीं कटी। सर एब मूज और बाली है। तेरा फौरी चलान कर दे, पुलिस चौकी मालू दे पिंडो चुक के तेरे पिंड लाया। और मालू तैनू क्या सी ना, ओ तैनू क्या सी ना कि एक दिन तेरे पिंड दी पुलिस चौकी गैर आबाद से मच्छर आबाद होगी। पहले साहब को लोया से पूछो।
के जाने रे पिंडो लाशा किनिया गाया सन तारे तारे को पूछ ले मालू के जाना रुड़िया लहू तो डठिया लाशा का हिसाब सीखन लगा कौन है सर ना जाना है तेन सिर्फ अंदेश है नक्शे अमन के तहत गिरफ्तार किया गया वरना सर यह सब को मजलूम आदमी है जग्गू तो मालू ने यह सारा खानदान जिबा कर दिता एनक नशा आया सी साहब जिमें पूरे सौ सप्पा ने डंग मार दिता है साहब आते हो चार छपा के बाली की मां भेज दे नहीं दे उस मां के सामने बाली में इस तरह मार ले जिमें जाने के सामने तो बच्चे नु मारे आप लोग देखा कर दारो खाबा की तभी अक्सर उल्टी होती है जाने में छड़ दे ना सारे ने चलान कर ले नहीं नहीं साहब बहादुर नहीं ये जेल चले गए तो दुश्मनी होर बचेगी ताड़ा कानून जिन्ना भी सख्त हो जाए ये वैर दुश्मनी इन्हों की पाक कलाम ही मिटा सकता है मालू इस पाक कलाम ने मुसलमान का खून मुसलमान ते हराम कर दिता है मुसलमान दे कातल की कभी बख्शिश नहीं हो सकती तेनू इस पाक कलाम का वास्ता है मालू बाली नू पुत्र कह के हिक ना ला ले पहले ए दस मालवी रब क्यामत वाले दिन नमाजा बख्श देगा नहीं ते फिर असी अपने कतल किवें माफ कर दईए दफा जाए ओए ना माकूला रब ने फरमाया रब ने तो बहुत कुछ फरमाया पर साडे लई नहीं क्या दफा हो जाए ठीक है साहब बहादुर इन्हों का चलान कर लो अल्लाह ही इन्हों की हालत से रहम करे बाली ये अपने आप को कल्या समझना है तो पुलिस के सामने एक कतल करके मैं भी तेरे ना टोचे ना मैं तो स्वाद ही उस मैदान चाहता जिसे मैं कला हूं तो मड़ मैनू क्यों वखरे आंदे तेरे को कुछ मंगना चाहता वैया मांगना खो के लाए जा सन स्वाद आती सोना नहीं खैर पा दे जाने मेरे बाद मेरी मां तो भैन का भार चुक लै और इन्होंने मोढ़िया के सत अठ बहनों का भार भी कर दे ना तो ना डोल सड़ फिर यह भी जानता हूं मैं चाहे कि जिन्ना भरावान के मोढ़िया के भैनों का भार हो वो सिर चुकना भी चांद नहीं चुक सकते बेगैरत ना बनावी बाली और जो आप से कर ली सा फिर समझ ले जाने रचो क्यों की है तू मरना नहीं मेरी भैन सी किन हो सकता है मैं तेरे को मां के भैन के पतले मुन्ने के रचो के कातल मंगे ने चाने जे तू चाहे छन्ना पी के मैं चार से लहू डोल सकना तो तू मेरी मां के भैन के बदले तो मुर्दार नहीं दे सकता चाहिया लै वे बाली असा तेनों सचो तो मुन्ने के कातिल बख्शिश करते लगता है तुम्हें जेल बड़ी सौखी कट्टी जाएगी बड़ी सौखी कटी जाएगी वापस चले जाओ कानून की इस कंध नु जिन्हें भी टपया गोली मार देगा जे इन्हों अगे वधन दे रब दिशा उन्होंने बोटियां कुत्तिया नु पा देता ओए रज्जो नु मरवा के हुण कुट्टो दा भरा बन के आ गया पुरसला अपने पिंड जाके सम्मा दे मन ना खलोदा सानू कली कुड़ी चुकदे शर्म आउंदी है मुकना ओए कुत्ता तू चाहे छन्ना पी के मैं चार से लहू डोल सकना तू मेरी मां ते भैन ते बदले तो मुर्दार नहीं दे सकता बाली मेरी अखा तो दूर हो जाए ते जानना बेजुबाना हो गया ते बोटी बोटी हो वैसो
ਰਾਜਾ ਬਾਲੀ ਉਹ ਬਹਿੜਿਆ ਸੱਚ ਮੁੰਨਤ ਰੱਜੋ ਦੇ ਕਾਤਲ ਨਹੀਂ ਡਿੱਠੇ ਬੰਦੇ ਇਸੇ ਲਈ ਤੇ ਦੋਵੇਂ ਭਰਾਵਾਂ ਨੂੰ ਕਹਿ ਦਿੱਤਾ ਹੈ ਕਿ ਉਹਨਾਂ ਬੁਲਬੁਲਾਂ ਨੂੰ ਚੁੱਕ ਕੇ ਲੈ ਜਾਓ ਹਾਂ ਕਿੰਨਾ ਬੁਰਾ ਕੀਤਾ ਸਾਹਿਬ ਨੇ ਤੁਹਾਡੇ ਨਸਲ ਲਈ ਗੁਰਾਹ ਨਹੀਂ ਛੱਡਿਆ ਵਾਕੇ ਬਹੁਤ ਬੁਰਾ ਕੀਤਾ ਸਾਹਿਬ ਨੇ ਨੂਰਿਆ ਇਸ ਛੋਟੇ ਜਿਹੇ ਮੈਦਾਨ ਵਿੱਚ ਕੱਲੀ ਪੇੜ ਦੇ ਸਾਹਮਣੇ ਚਾਰ ਪੇੜੀਏ ਲੈ ਆਇਆ ਜਿੰਨੇ ਸੂਰ ਮਾਰੇ ਹੋਣ ਉਹਨੂੰ ਇਹਨਾਂ ਵਿਚਾਰਿਆ ਕਿਦੜਾ ਏ ਕੀ ਕਹਿਣਾ ਰੱਬ ਤੈਨੂੰ ਇਹਨਾਂ ਸਾਰਿਆਂ ਦੀ ਉਮਰ ਵੀ ਲਾ ਦੇ ਪਰ ਤੂੰ ਨਹੀਂ ਬਚਣਾ ਬਾਲੀ ਓਏ ਖਾਬ ਖੂਬ ਵੇਖੇ ਬਦਬਖਤਾ ਪਰ ਜਦੋਂ ਤੇਰੀ ਅੱਖ ਖੁੱਲੀ ਏ ਤੈਨੂੰ ਬੜਾ ਹੀ ਸੌ ਪਾਣਾ ਯਕੀਨ ਨਹੀਂ ਹੋ ਤੇ ਮਾਲੂ ਕੋਲੋਂ ਪੁੱਛ ਲੈ ਓਏ ਮੌਤ ਤੇ ਜ਼ਿੰਦਗੀ ਦਾ ਫਾਸਲਾ ਘੱਟ ਗਿਆ ਈ ਬਾਲੀ ਰੱਬੀ ਰੱਬ ਕਰਨੀ ਸ਼ੁਰੂ ਕਰ ਦੇ ਓਏ ਲੜਨਾ ਤੇ ਤੁਹਾਨੂੰ ਅੱਜ ਤੱਕ ਨਹੀਂ ਆਇਆ ਮਾਲੂ ਮੇਰੀ ਮਨ ਤੇ ਇੱਕ ਬਾਂਦਰੀ ਖਰੀਦ ਕੇ ਚੌਕ ਚ ਮਜਮਾ ਲਾ ਲਿਆ ਕਰ ਚਾਰ ਪੈਸੇ ਵੱਟ ਲਿਆ ਕਰੋਗੇ ਠੀਕ ਜਦੋਂ ਤੇਰੀ ਭੈਣ ਵਿਆਹਾਂਗੇ ਤੇ ਚੰਜ ਦੇ ਅੱਗੇ ਅੱਗੇ ਕੰਜਰੀ ਦੇ ਨਾਲ ਬਾਂਦਰੀ ਤੇ ਬੱਕਰੇ ਵੀ ਨੱਚਦੇ ਜਾਣਗੇ ਨੂਰਿਆ ਕਦੀ ਕੁੱਤੇ ਨੂੰ ਵੀ ਖੀਰ ਪਚੀਏ ਓਏ ਇਹਦਾ ਪਤਾ ਤੈਨੂੰ ਉਦੋਂ ਲੱਗੇਗਾ ਪਾਲੀ ਜਦੋਂ ਸਾਡੇ ਭਰਾ ਅੱਜ ਤੇਰੀ ਭੈਣ ਤੇ ਤੇਰੇ ਮਸ਼ਰੂਬ ਨੂੰ ਚੁੱਕ ਕੇ ਲੈ ਜਾਣਗੇ ਰੁਕ ਜਾਓ ਮਾਲੂ ਮੌਤ ਟਲੀ ਨਹੀਂ ਹੋ ਸਿਰਫ ਵਕਤ ਬਦਲ ਕੇ ਆਈ ਯੂ ਸ਼ਟ ਅਪ ਮੈਂ ਤੁਹਾਨੂੰ ਸਾਰਿਆਂ ਨੂੰ ਚੱਟੀ ਬੰਦ ਕਰ ਦਿਆਂਗਾ ਓ ਬਾਲੀ ਤੂੰ ਤੇ ਇੱਥੋਂ ਜਾ ਨਹੀਂ ਸਕਣਾ ਤੇ ਸਾਹਿਬ ਨੂੰ ਹੀ ਆਪਣੀ ਭੈਣ ਦੇ ਘਰ ਭੇਜ ਦੇ ਹੋਰ ਕੁਝ ਨਹੀਂ ਤੇ ਤੈਨੂੰ ਪੂਰੀ ਪੂਰੀ ਰਿਪੋਰਟ ਤੇ ਆ ਕੇ ਦੇਗਾ ਨਾ ਕਿ ਤੇਰੀ ਭੈਣ ਚੁੱਕੀ ਕਿਵੇਂ ਗਈ ਹੈ ਮਾਲੂ ਸੰਤਰੀ ਨੂੰ ਕਹੋ ਸਾਹਿਬ ਜੇਲ ਦਾ ਪੂਰਾ ਖੋਲ ਦੇ ਬੱਚੇ ਨੂੰ ਪਾ ਚੜੇ ਬਕਵਾਸ ਬੰਦ ਕਰ ਓਏ ਅਮਲ ਕਰ ਓਏ ਅਮਲ ਕਰ ਮੈਂ ਕੱਲ ਤੁਰਾਨ ਦੀ ਆਦਤ ਛੱਡ ਚੁੱਕਾ ਜੇ ਫਿਰ ਇਸ ਗੱਲ ਦਾ ਮੁਤਾਲਬਾ ਕਰੇਗਾ ਬਾਲੀ ਤੇ ਤੇਰੀ ਜ਼ਬਾਨ ਨੂੰ ਤਾਲਾ ਲਾ ਦੇਵਾਂਗਾ ਓਏ ਜਿਹੜਾ ਸੱਪ ਕੱਢਣਾ ਹੀ ਕੱਢ ਲੈ ਅੱਜ ਜੇਲ ਦਾ ਬੂਆ ਵੀ ਖੁੱਲਣਾ ਹੀ ਤੇ ਬਾਲੀ ਨੇ ਵੀ ਜਾਣਾ ਹੀ ਓਏ ਓਏ ਮਾਲੂ ਉਹ ਬਾਲੀ ਦੀਆਂ ਜਾਣੀਆਂ ਵੇ ਓਏ ਜੇ ਜਵਾਨੇ ਦੇ ਪਿੱਛੇ ਆ ਗਏ ਵੀ ਓਏ ਰੱਬ ਰੱਖਾ ਨੂਰਿਆ ਓਏ ਰੱਬ ਰੱਖਾ ਬਾਲੀ ਸਾਫ ਜੀ ਤੁਸੀਂ ਅੜੀ ਛੱਡ ਦਿਓ ਉਹਨੇ ਨੱਸ ਜਾਣਾ ਸੀ ਤਾਂ ਨੱਸ ਗਿਆ ਹੁਣ ਤੁਹਾਡੇ ਸਫਾਈ ਨਹੀਂ ਉਹਨੂੰ ਫੜ ਸਕਦੇ ਜਰਾ ਬੂਆ ਖੋਲ ਬੱਚੜੇ ਅੱਜ ਬਾਲੀ ਨੇ ਪਾਰ ਚੜੇ ਮੈਂ ਤੈਨੂੰ ਕੁਝ ਨੀ ਕਹਿੰਦਾ ਬੱਚੜੇ ਤਾਲਾ ਖੋਲ ਆਹ
ਉਹ ਹਥਿਆਰ ਮੇਰੇ ਹਵਾਲੇ ਕਰ ਜਿੰਨਾ ਤੇ ਰੱਚੋ ਤੇ ਮੁੰਨੇ ਦਾ ਲਊਗੇ ਉਹ ਤੇ ਮਾਲਖਾਨੇ ਚ ਚੱਲ ਫਿਰ ਮੈਨੂੰ ਮਾਲਖਾਨੇ ਲੈ ਚੱਲ ਬਾਲੀ ਇਹ ਕਾਨੂੰਨ ਦਾ ਰਿਕਾਰਡ ਹੈ ਰਿਕਾਰਡ ਨਹੀਂ ਹੈ ਮੈਦਾਨ ਦੀ ਚੀਜ਼ ਹੈ ਜ਼ਿਆਦਾ ਇਸਤੇਮਾਲ ਵੀ ਮੈਦਾਨ ਹੀ ਹੋਵੇਗਾ ਇਸ ਪਿੰਡ ਚ ਬਾਲੀ ਤੇ ਨਹੀਂ ਆਇਆ ਤੇ ਸ਼ੇਰ ਨੇ ਕਿਧਰੇ ਪਿੰਜਰਾ ਤੋੜ ਤੇ ਨਹੀਂ ਦਿੱਤਾ ਉਹ ਮੇਰੇ ਕੋਲੋਂ ਨਹੀਂ ਜੇਲ ਮਫਰੂਰ ਹੋਇਆ ਤੇ ਤੇਰੇ ਮੂੰਹ ਚ ਕਿਉਂ ਸ਼ੱਕਰ ਦੇ ਥਾਣੇਦਾਰਾ ਮੈਨੂੰ ਵੇਖ ਕੇ ਸਮਝ ਗਏ ਹੋ ਤੇ ਮੈਂ ਜੇਲੂ ਨਸਾਇਆਵਾਂ ਤੇ ਫਿਰ ਉਜ਼ਾਰ ਵੇਖ ਕੇ ਇਹ ਵੀ ਪਛਾਣ ਲਵਾਂਗੇ ਕਿ ਮੈਂ ਕਿਉਂ ਨਸਾਇਆਵਾਂ ਤੇ ਕਿੰਨਾ ਲਈ ਨਸਾਇਆਵਾਂ ਓਏ ਮੈਨੂੰ ਇੰਜ ਲੱਗਾ ਜਿਵੇਂ ਤੇਰੀ ਕਬਰ ਦੀ ਮਿੱਟੀ ਸਾਡੇ ਪਿੰਡ ਚ ਤਾਰਾਂ ਨੂੰ ਬੁਲਾਓ ਤਾਰਾਂ ਨੂੰ ਬੁਲਾਓ ਓਏ ਗਲੀਆਂ ਚ ਰੱਜੋ ਵਾਂਗੂ ਬਹਿਣ ਪਾਉਂਦਿਆ ਓਏ ਮਾਲੂ ਨੂੰ ਬਾਹਰ ਤੇ ਮਾਰੇ ਬੱਕਰਾ ਚੁੱਪ ਪੁੱਤਿਆ Thank you.
ਯਾਦਾਂ ਵਾਸਤੇ ਸਾਨੂੰ ਮਾਰੀ ਨਾ, ਉਹ ਸਾਡੇ ਕੋਲ ਪੈਰੀ ਹੱਥ ਲਵਾ ਲੈ। ਮੈਨੂੰ ਮਾਰੀ ਨਾ ਵਾਲੀ, ਮੇਰੇ ਤੇ ਤਰਸ ਖਾ। ਉੱਠੋ ਉੱਠੋ, ਨੱਕ ਨਾਲ ਲਕੀਰਾਂ ਕੱਟੋ, ਲਕੀਰਾਂ ਕੱਟੋ। ਹੁਣ ਕੀ ਹੁਕਮ ਹੈ? ਮੇਰੇ ਅੱਗੇ ਅੱਗੇ ਲੱਗ ਕੇ ਪਿੰਡ ਦੀਆਂ ਗਲੀਆਂ ਤੋੜੋ ਤੋੜੋ। ਅੱਲਾ ਤਾਲਾ ਸਲਾਮ ਪਾ ਕੇ ਇਰਸ਼ਾਦ ਫਰਮਾਉਂਦਾ, ਮਮਾ ਆਫਾ ਮਕਾਨ ਰੱਬੇ, ਜਿਹੜਾ ਸ਼ਖਸ ਗੁਨਾਹ ਤੇ ਕਾਦਰ ਹੋਵੇ ਔਰ ਰੱਬ ਦੇ ਖੌਫ ਤੋਂ ਬਾਅਦ ਆ ਜਾਏ, ਜੰਨਤ ਦੀ ਪਨਾਹ ਚ ਆ ਗਿਆ। ਇਹ ਕੁਰਾਨ ਦਾ ਹੁਕਮ ਸੀ, ਇਹ ਕਾਲੀ ਕਮਲੀ ਦਵਾਲੇ ਦਾ ਫਰਮਾਨ ਹੈ। ਬੇਟਾ ਮਾਫ ਕਰ ਦੇਣਾ ਸਭ ਤੋਂ ਬਿਹਤਰ ਬਦਲਾ ਹੈ। ਜੇ ਤੂੰ ਕੁਰਾਨ ਤੇ ਕਾਲੀ ਕਮਲੀ ਵਾਲੇ ਦਾ ਮਨ ਕਰੇ ਤੇ ਫਿਰ ਮਾਰ ਦੇ, ਇਹਨਾਂ ਨੂੰ ਮਾਰ ਦੇ। ਨਹੀਂ ਮੌਲਵੀ ਸਾਹਿਬ, ਨਹੀਂ, ਕਾਲੀ ਕਮਲੀ ਵਾਲੇ ਤੂੰ ਤੇ ਮੇਰੀ ਜਾਨ ਵੀ ਕੁਰਬਾਨ। ਜੇ ਗੱਲ ਹੈ ਮੌਲਵੀ ਸਾਹਿਬ ਤੇ ਮੈਂ ਇਹਨਾਂ ਨੂੰ ਮਾਫ਼ ਕੀਤਾ। ਇਹਨਾਂ ਨੂੰ ਕਹਿ ਦਿਓ, ਇਹਨਾਂ ਨੂੰ ਕਹਿ ਦਿਓ ਕਿ ਬਾਲੀ ਨੇ ਇਹਨਾਂ ਨੂੰ ਮਾਫ਼ ਕੀਤਾ। ਮਾਫ਼ ਇਸ ਮਾਫ਼ੀ ਦੇ ਬਦਲੇ ਤੁਸੀਂ ਵੀ ਮਾਫ਼ ਕਰਨਾ ਸਿੱਖ ਲਓ। ਬੱਕ ਨਾ ਮੌਲਵੀ, ਜਾ ਕੇ ਸ਼ੁਕਰਾਨੇ ਦੇ ਨਫ਼ਲ ਪੜ੍ਹ ਕਿ ਅਸਾਂ ਤੈਨੂੰ ਮਸੀਤ ਚ ਰੱਖਿਆ ਹੈ, ਵੱਡੀਆਂ ਨਸੀਹਤਾਂ ਦੇਣ ਲੱਗ ਪਏ। ਬਜ਼ੁਰਗ ਠੀਕ ਹੀ ਕਹਿੰਦੇ ਨੇ ਕਿ ਰੱਬ ਨੇਕੀ ਦੀ ਤੌਫੀਕ ਵਿੱਚ ਕਿਸੇ ਕਿਸੇ ਨੂੰ ਦਿੰਦਾ ਹੈ। ਲੋਕੋ ਹੇਠ ਕਰੀਰ ਦੇ ਕੋਈ ਨਹੀਂ ਬਹਿੰਦਾ, ਜਿਸ ਦੀ ਜਾਨ ਹੋਵੇ ਬੰਦੇ ਵਿੱਚ ਪਿਆਰ ਰਹੋ ਤੇ ਕੋਈ ਨਾ ਕੋਲ ਖਲੋਵੇ। ਜ਼ਿੰਦਾ ਹੁਸੈਨ ਰਹਿੰਦਾ ਸਿਮਰ ਫਨਾ ਹੁੰਦਾ, ਜ਼ਿੰਦਾ ਹੁਸੈਨ ਰਹਿੰਦਾ ਸਿਮਰ ਫਨਾ ਹੁੰਦਾ, ਸਦਾ ਪਿਆਰ ਵਾਲਿਆਂ ਦਾ ਦੁਨੀਆ ਤੇ ਨਾ। ਤੁਸੀਂ ਬੰਦਿਆਂ ਦੀ ਪੰਡ ਹੋ ਕੇ ਮੁਸ਼ਕਤਾ ਕਰੋ, ਜੇ ਲਾ ਕੇ ਕਿਸੇ ਬੁਸਦਿਲ ਦਾ ਜੂਠਾ ਤੇ ਨਹੀਂ ਖਾਣ ਲੱਗ ਪਏ। ਤਾਨੇ ਨਾ ਦੇ ਦਾਰੋ, ਪਹਿਲੇ ਤੇ ਮੈਂ ਸਿਰਫ ਪਿੰਡ ਉਜਾੜਿਆ ਸੀ, ਕਿਧਰੇ ਇਹਨੂੰ ਹੋਵੇ ਪੂਰਾ ਪੰਜਾਬ ਪ੍ਰਭਾਸ ਕਰਦਿਆਂ। ਅਨੀਜਾ ਚਾਚੀ, ਗੱਭਰੂ ਦਾ ਬਦਲਾ ਲੈਣ ਲਈ ਅਸੀਂ ਬਾਲੀ ਦੀ ਨਸਲ ਮੁੱਕ। ਹੋਰ ਅਜੇ ਅਸੀਂ ਕਿੰਨਾ ਕੁ ਚਿਰ ਜ਼ਲੀਲ ਹੋਣਾ ਹੈ? ਜਿਨ੍ਹਾਂ ਦਾ ਤੁਹਾਡੇ ਢਿੱਡ ਦੀ ਗੈਸ ਖਾਲੀ ਨਹੀਂ ਹੋ ਜਾਂਦੀ। ਮੈਂ ਰਵੀਆ ਗੈਸ ਚੁੱਲਿਆ ਮਾਣਾ ਖੁਸ਼ ਰੱਖੇ ਜੋੜੀਆਂ ਕੈਮ ਜੜ ਹਰੀ ਗਮਲਾ ਸੁੱਕਾ ਬਾਰਵੀਆ ਪਾਵਰਿਆ। ਜੇ ਇੱਕ ਦਾਣੇ ਵਾਲੀ ਮੂੰਗਫਲੀ ਹੁੰਦੀ ਹੈ ਇਹ ਹੁਲੀਆ ਬਣਾਇਆ ਨੀ, ਬਣਿਆ ਬਣਾਇਆ ਮਿਲ ਗਿਆ ਥਾਣਿਓ। ਮਤਲਬ ਪੂੰਜੀ ਨੂੰ ਸਾਡੀਆਂ ਵਰਦੀਆਂ ਵੀ ਖੋਲੀਆਂ ਨੇ ਤੇ ਨਾਲ ਸਾਡੇ ਲਾਇਸੈਂਸ ਵੀ ਜ਼ਬਤ ਕਰ ਲਏ ਨੇ, ਉਸ ਤੇ ਸਾਡਾ ਇੱਕ ਹੀ ਹੋ ਗਿਆ। ਇਹਦਾ ਮਤਲਬ ਹੈ ਹੁਣ ਤੇ ਸਾਡੇ ਤੇ ਰੋਕ ਨਹੀਂ ਪਾ ਸਕਦਾ। ਨਹੀਂ ਬੀਬੀ, ਹੁਣ ਤੇ ਮੈਂ ਸਿਰਫ ਵਾਸਤਾ ਪਾ ਸਕਦਾ ਜੇ ਤਰਲਾ ਪਾ ਸਕਦਾ ਜੇ ਮੰਨੋ ਤਾਂ। ਤੇ ਫਿਰ ਤੂੰ ਮੇਰਾ ਵੀਰ ਬਣ ਜਾ, ਮੈਂ ਤੈਨੂੰ ਰੋਜ਼ਾਨਾ ਦਸਾਂ ਦਾ ਨੋਟ ਲਿਆ ਕਰ। ਉਹ ਬੀਬੀ ਆ ਭੈਣਾ, ਜੇ ਤੇਰਾ ਵੀਰ ਬਣ ਗਿਆ ਤੇ ਉਹ ਸਾਰੇ ਪੈਸੇ ਜਾਂ ਤੇ ਮੇਰੇ ਫੱਟਾਂ ਤੇ ਲੱਗ ਜਾਣੇ ਨੇ ਜਾਂ ਮੇਰੇ ਕਫਨ ਦਫਨ ਤੇ ਲੱਗ ਜਾਣੇ ਨੇ।
मालू ने मैनू इना मारना नहीं जिन्ना नठाना है। तुसी मुंडा ने मीटर लवा लो। आ मार भी है छोटे आ रखे आ पारे ते द्वार का नूरा दलाल बाहर आ जाए आंदे नाल ही सारे दलाल करके रख देगा। नी घबरानी क्यों में जाना नोटा दी पंड लेके गया ते तोल के लाया। फूक मारिया कभी जान नहीं पैंदी जाने एवं अपनी जमीन बेच बेच के वकीलों खवाई जा रहे हैं और इन्हें तो बाली ने नहीं बचना। हलवा और फिक्र न कर आ शेर बार लाया हुआ ना और आप ही शिकार कर लेगी। ओए भावे अद्धा पिंड वेच के तू इनू रिहा करा भी लवे जाने ते गल ही कोई नहीं इनू साडी सजाए मौत तो कौन बचाएगा कौन बचाएगा। ओए अखबार रोज पढ़ते रहो जिस दिन बाली दी मफरूरी टूट गई एक बारी जरूर मैं तानू अपने पिंड दिया गलियां च घसीटांगा। बकवास बंद करो ए अदालत दी जमानत पै गई है अदालत जाओ। ओए नजिक लाई सा ए साडा मुजरम इंस्पेक्टर इहदा फैसला शम्मो दी गवाही ते होवेगा। क्यों जगू बेचारे मालू का की बनेगा मतलब नहीं आ रहा बेहाली बाली ते नहीं आया सिर्फ बाली की मंग आई है। चालू होए ने के नहीं और ये चालू हो गए तो मोर बंद हो जाओ सड़ने कमो आवे लूरा बड़ी हो गई। मालू तुम्हारे सारे की जमानत कैंसल हो गई ने अब वो बड़े लूरिया और तेरी गड्डी बजी आउंदी है बल्ले बल्ले। Thank you.
سب تو اڈا ثبوت دے لے کہ بالی مال خانے چوں آلے قتل چپ کے لے گیا سر اور اس ویلے تھانے جی کا حوالدار تھی سر تے او وی غیر مسلح سی او کیوں شگا تیرے موٹے نال تحصیل دی پوری پولیس سے اسلحہ اختیارات نے تے پھر حالی تک بالی دے گرفتار نہ ہون دی کی وجہ ہے خدا خوف یا رشوت سر میں ایک موقع اور دیتا جائے میں چوبی گھنٹے دے اندر اندر بالی نے ضرور گرفتار کر لاں گا گڈ جے بالی گرفتار ہو گیا تے میں تیرے نال وعدہ کرنا کہ میں تینوں ڈی ایس پی دا عہدہ دے دیاں گا تھینک یو سر سر تو ہنے بالی دی ماں دے پین نوں گرفتار کر کے ایتھے لایا تے انشاءاللہ کل دا سورج مینوں ڈی ایس پی دی وردی چ ویکھے گا ارے بالی دی بھن گرفتار کر لو انہوں شاید تو نہیں جاندا تھانے دارا میں بالی دی بھن تھانے دارا کہ تو بالی دی ماں ہے تے میں تینوں وی تھانے لے جاواں گا شاید تو بھول گئے تھانے دارا کہ تھانہ تو بہت دور ہے تو بالی تیرے سر تے وے شوں سر بس بس یس سر پنڈ پنڈ اعلان کر دیو جے جب بھی کہتے دے اندر اندر بالی پیش نہ ہویا تے میں اودی بہن تے ماں دی گتا بج کے تھانے دے دروازے تے ٹنگ دیاں گا تھانے دارا چوبی گھنٹے دی مہلت اینی کٹ بھی نہیں ہوندی بڑھیے کہ بالی پیش نہ ہو سکے جے تینوں اودے ٹھکانے دا پتہ ہے تے انہوں اطلاع بھجوا دے کہ میں تانوں دوواں نوں تھانے لے چلیا بارہ بجے تک بالی نوں حاضر ہونا چاہیے سی پانچ منٹ رہ گئے حالی تک نہیں آیا علاقے کا چیئرمین تمہیں ملنا ہے یقیناً بالی کا سودا کرنا ہے بھیج دے لگتا ہے تیر ٹھیک نشانے پہ بیٹھا ہے بالی تو آپ ہی آ گئے مدان چاڑا اتنے سکھے صاحب سب کے چاوات تیری پستانڑی دے اور آج اس کلے مدان قانون تے غیرت کا مقابلہ ہوئے جان دے اپنے ہک میں پشانی کرے گا توڑ تو ہی نہ پھیری اور دیکھ لیا کوئی ہک چ بہتے چھیپ پیندے نے بڑا شوق ہے تینوں کپتان بنن کا اوے کوے تے اصل کپتان بنا کے نو کا چٹے لٹھے دی وردی پا دیا میں جو کچھ بھی کیتا ہے قانون دے تو مجبور ہو کے کیتا بالی اوے پر اج تو بس مجبور ہو تے میری ماں دے گھر نہ جائیو اس لئی کہ میں تیری ماں دا گھر جاننا وا تے مینوں اے بھی پتا کہ تیری منگ کتھے رہتی تھانے چان لے جے تیرے قانون دا پیرا توڑ سکنا تے تیرے گھر دی کنڈی کھولنے تے گل ہی کوئی نہیں قانون لے مینوں ماں تے منگ دی وی قربانی دینی پئی تے دے دیاں گا تیرا اپنی عزت لے جے پورا تھانہ بھی ٹاڑا پیا تے دا دیاں گا امید میری گل تو سمجھ کے آنے گا اپنے آپ نو میرے حوالے کر دے بالی میں تیری ماں دے پین نو چھڑ دیاں گا تیرا سپائی جو میں نو پچھاڑن تے باوجود میرا پیغام تیرے کو لیا سکتا ہے کہ میں اپنی ماں دے پین نو ہی اکیلے جا سکنا اور پر انہوں نے لے کیس لینے جا رہا تو فیصلہ جد بھی کیتا میدان لا کے کیتا ہے میرا چیلنج کل 12 بجے ختم ہو جانا بالی تو میرا چیلنج 2 گھنٹے پہلا مک چڑے جب کل 10 بجے تک میری ماں دے پین پین نہ پہنچی تو میں تیری ماں دے گھر پہنچا ایک گل یاد رکھی جڑا تھانے دار میری ماں دے پین نو گرفتار کر کے لیا
ਉਹਦੀ ਟੋਪੀ ਮੇਰੀ ਭੈਣ ਦੇ ਸਿਰ ਤੇ ਹੋਣੀ ਚਾਹੀਦੀ ਹੈ। ਮੈਨੂੰ ਇਹ ਵੀ ਮਨਜ਼ੂਰ ਹੈ, ਪਰ ਸ਼ਰਤ ਹੈ ਵੇ ਕਿ ਤੂੰ ਆਪਣੀ ਗ੍ਰਿਫਤਾਰੀ ਪੇਸ਼ ਕਰ ਦੇਗਾ। ਮੈਂ ਆਪਣੀ ਭੈਣ ਦੇ ਸਿਰ ਤੇ ਟੋਪੀ ਵੇਖ ਕੇ ਆਪ ਗ੍ਰਿਫਤਾਰੀ ਦੇ ਦਿਆਂਗਾ। ਆਹੋ ਚਲੀ ਜਾ ਬੁੱਢੀਏ, ਤੇ ਜਾ ਕੇ ਬਾਲੀ ਨੂੰ ਕਹੋ ਕਿ ਆ ਕੇ ਆਪਣੀ ਭੈਣ ਨੂੰ ਲੈ ਜਾਵੇ। ਵੇ ਤੀਆਂ ਨੂੰ ਗੈਰਾਂ ਦੇ ਮੋਢਿਆਂ ਨਾਲ ਕੰਜਰ ਛੱਡ ਕੇ ਜਾਂਦੇ ਨੇ ਥਾਣੇਦਾਰਾ, ਮੈਨੂੰ ਨਾਲ ਲੈ ਕੇ ਜਾਣਾ, ਬਾਲੀ ਨੂੰ ਆਪ ਲੱਭ ਲੈ। ਇਹ ਬਾਲੀ ਦਾ ਵਾਅਦਾ ਸੀ ਕਿ ਮੈਂ ਤੁਹਾਨੂੰ ਇੱਥੇ ਲੈ ਆਇਆ, ਤੂੰ ਆਪਣੀ ਗ੍ਰਿਫਤਾਰੀ ਦੇ ਦੇਵੇਗਾ। ਅੱਕੜੀ ਮੇਰੀ ਭੈਣ ਦੇ ਹੱਥ 'ਚ ਚੜਾ ਦਿਓ, ਤੂੰ ਆਪਣਾ ਵਾਅਦਾ ਪੂਰਾ ਕੀਤਾ ਤੇ ਬਾਲੀ ਆਪਣਾ ਕੌਲ ਨਿਭਾਵੇਗਾ। ਸਤਕੜੀ ਦੀ ਚਾਬੀ ਮੇਰੇ ਕੋਲ ਹੈ ਸਾਹਿਬ, ਆ ਵੱਡੀ ਅਦਾਲਤ ਦਾ ਹੁਕਮ ਪੜ ਲੈ ਤੇ ਬਾਲੀ ਦੀ ਮਾਂ ਨੂੰ ਮੁਬਾਰਕਾਂ ਦੇ, ਔਰ ਬਾਲੀ ਦੀ ਜ਼ਮਾਨਤ ਹੋ ਗਈ ਆ। ਜਾ ਬਾਲੀ, ਅਦਾਲਤ ਨੇ ਤੇਰਾ ਤੇ ਸਾਡਾ ਝਗੜਾ ਹੀ ਖਤਮ ਕਰ ਦਿੱਤਾ। ਅਸਾਂ ਤੇਰੇ ਮੁੰਡਿਆਂ ਤੇ ਇੰਨਾ ਭਾਰ ਤਾਂ ਨਹੀਂ ਸੁਰੱਖਿਆ ਜਾਣਿਆ ਜਿੰਨਾ ਅਹਿਸਾਨ ਕਰਕੇ ਤੂੰ ਰੱਖ ਦਿੱਤਾ। ਉਹ ਅਹਿਸਾਨ ਕਿਹੜੀ ਗੱਲ ਦਾ, ਅਸਾਂ ਤੇ ਇੱਕ ਭੈਣ ਨੂੰ ਉਹਦਾ ਵੀਰ ਦਿੱਤਾ ਹੈ। ਤੁਸੀਂ ਇੱਥੇ ਕੀ ਕਰਨ ਲੱਗੇ? ਜਾਓ ਉੱਠੋ। ਵੇਖ ਤੇ ਸਾਗ ਤੋੜਨ ਆਈਆਂ, ਪਰ ਤੂੰ ਇਹ ਡੰਡ ਕਿਉਂ ਬਣਾ ਰਿਹਾ ਹੈ? ਓਏ ਕੋਈ ਪਤਾ ਨਹੀਂ ਕਿਸੇ ਵਕਤ ਮਾਲੂ ਆ ਜਾ ਤੇ ਤੁਹਾਨੂੰ ਤੋਂ ਹੁਣ ਚੁੱਕ ਕੇ ਨੱਠਣਾ ਪੈ ਜਾਏ। ਤੇ ਬਕਵਾਸ ਬੰਦ ਕਰ ਤੇ ਜਾ ਕੇ ਕਿਸੇ ਤਰ੍ਹਾਂ ਬਾਲੀ ਨੂੰ ਲੈ ਆ। ਮੈਂ ਕਿਹਾ ਮੈਨੂੰ ਭਰਾ ਹੀ ਰਹਿਣ ਦੇ, ਉਹ ਨਾ ਬਣਾ। ਤੇ ਉਹ ਕੋਈ ਗੈਰ ਤੇ ਨਹੀਂ, ਮੇਰਾ ਮੰਗੇਤਰ ਹੈ। ਜੇ ਮਫਰੂਰ ਨਾ ਹੁੰਦਾ ਤੇ ਹੁਣ ਤੱਕ ਮੇਰਾ ਵਿਆਹ ਹੋ ਜਾਣਾ ਸੀ। ਸਿਰਫ ਵਿਆਹ ਹੀ ਹੋ ਜਾਣਾ ਸੀ? ਓਏ ਹੁਣ ਤੱਕ ਤੇਰੇ ਤੇ ਮੇਰੇ ਐਡੇ ਐਡੇ ਬੱਚੇ ਹੋ ਜਾਣੇ ਸੀ ਤੇਰੇ। ਸੂਫੀ ਸਾਹਿਬ, ਉਹ ਬਾਲੀ ਦੀ ਮਫਰੂਰੀ ਖਤਮ ਕਰਾ ਦਿੱਤੀ ਹੈ ਭੈਣਾ। ਇੱਕ ਹੋਰ ਗੱਲ ਦੱਸਾਂ, ਓਏ ਤੁਹਾਡੇ ਦੋਵਾਂ ਦੇ ਵਿਆਹ ਦੀ ਤਰੀਕ ਵੀ ਰੱਖਣ ਲੱਗਾ। ਓ ਮੋਟਿਆ ਜੀ, ਆਖਾਂ ਸਾਈਆਂ ਇਹਨਾਂ ਦਾ ਮਨੂੰ ਬਾਲੀ ਦੇ ਪਿੰਡ ਲੈ ਜਾ। ਜੀ ਆ, ਬਾਲੀ ਦੀ ਮਾਂ ਨੂੰ ਆਖੀ। ਜੀ ਆ ਜੀ ਆ, ਅਸਾਂ ਅੱਧਾ ਪਿੰਡ ਦਾਜ ਵਿੱਚ ਇਹਨਾਂ ਭੈਣਾਂ ਦੇ ਨਾਂ ਲਵਾ ਦਿੱਤਾ। ਜੀ ਆ, ਜਾ ਹੁਣ ਲੈ ਜਾ ਨੇ। ਹਾਂ ਜੀ, ਬਸ ਲੱਗ ਜਾ। ਅੱਛਾ ਜੀ, ਹੁਣ ਤੇ ਖੁਸ਼ ਹੋ, ਅੱਧਾ ਪਿੰਡ ਵੀ ਨਾਂ ਲੱਗ ਗਿਆ ਤੇ ਉਹ ਵੀ ਲੱਭ ਗਏ ਨੇ। ਆਹ ਗੱਲ ਸੁਣੋ, ਇਸ ਖੁਸ਼ੀ ਚ ਕਰਾ ਨੱਚਣ ਗਾਉਣ ਨਾ ਲੱਗ ਪੈਣਾ। ਲੱਚੀਆਂ ਲੱਚੀਆਂ ਬੇ ਲੱਚੀਆਂ ਲੱਚ
लैके जेल तक मैं दुश्मन के जश्न की तमक सुनती पहुंची हाँ मालू। मैंने तो इसलिए करवाई थी कि मैं सारी जिंदगी बाली की मां तो भैन से बहस सुनना चाहनी। चक्कर जाता जिस पग न तू फूका मार रही है वो ते पहले इन्नी भड़क रही है कि वह सेख बाली दिया सत पुश्तों भी आता रहेगा। सिर्फ तारो जमीन गहने रख के सिर्फ समान तक कराइया ने खरीदे इंतकाम तो वड्डा इतिहास से अज तक नहीं बनिया। जे वो ताड़ी अख च नहीं रहा ते हाथ विच फड़िया बंदूकां नाल बंदे नहीं मरते जग्गू। इसके बावजूद मैं दो गोदाम मसले के पास से आई ते फिर जा दे देर वाली दे पिंड सुने पुजवा दे वो जिन्नू जिन्नू सदा दे सकता है दे आज तक जब तक से भी बाधियों पर टिक के रहे। वे तुसी बाहर से निकलो मैं साडे कपड़े बाद ही कटे थे ते बाली नु कफन पहने चलिया। जरा सोचते सही इस नौ गज के टोटे के बीच तीन मुर्दे किवें आवणगे। ओए जदों तारो दे सामने इस टोटे चो दा पूरा खानदान लपेट के जनाजा च रखांगा ते ओनू ओनू समझ आ जाएगी के इस मुर्दे लई किन्ना लठा चाहिदा। मां भैणां आखरी गल्लां कर ले बाली मौलू चौधरी दी जमानत हो गई। ओए कमियां ओए माफ करो मदार चाणे च सिखे सिर का सौदा ना करी बाली पर चलिया सिर तक मैं अपनी भैन के सिरे सजाने तान्या का पार लैके नूरिया मैं जी भी नहीं उठ सकना। अज यह सोच के दुश्मनों का मूह मेरे वाल फेर दे बाली कि नूरे तेरा उतार देना तैनू मैदान च कलिया बेच के मैं शमो का कुंड चुक लिया कमलिया ते मां ने मैनू पुत्र कदू देने। और मां दे इस पुत्र ने बड़े मैदान जीते ने एक बाजी सानू भी जीत लैंदे पाली। नूरिया तैनू ते इसलिए भी मौत दे मैदान च नहीं आना चाहिदा कि तेरा कारोबार करन लई चाने ने अपना अद्धा पिंड कुर्बान कर दिता सी। मैं ये कुछ भी नहीं कर सकिया चौधरी इसलिए कि एक गरीब कमी पर एक रिश्ता शमो ने साढ़े नाल भी जोड़िया सी जे इजाजत देवे तो उहदा भरा बन के गल कहना। ओए सौ गल्लां कहो ते फिर मेरा इंतजार करी चौधरी मैं अपनी भैन दा ताज बनान चलिया। मरन वालों के लहू की कसम खा के वादा करो के वापस उदो आवे जो बाली जाना तो नूरा है सफा हाथी तो मिट जाएंगे। वो मिटती जाएंगे मालू पर उन्होंने नसल शमा ते पिलो चो चलती रहेगी। चौधरी शमो का लड़ा समझ के तो मैनू सलामी दो। कबूल कर ओए कमियां तू कमी नहीं हो शमो दा
तो फिर मैं अपना भरवैया मन कमिया नहीं नसांगा फर्क वेखना मलका मुर्दिया बचा ले जिन्ना मेरी भैन जम्मो मेरी सी मनो भैन तो एक कमी ने अपनी भैनू चंगा दाज दिता है सग नू मस्जिद दी दलील च बाली कुरान दे सदके बुझा गया सी उन्नू मुड़ के ना बाल नजरू उन्ने तानू काली कमली वाले दे सदके माफ कीता सी ओए काली कमली वाले दे सदके तुसी भी नू माफ कर दियो ओए इस मनुष ने हमेशा साडा राह टकया एनू हुजरत जिंदा तरकोर करके कोड़े ते आ जा नजरू तन्नू रसूल दा वास्ते ही रुक जा मालू रुक जा बकवास ना कर ओए ट्राली चलाए इन्ना नू ढक ले दारो जालम कदी मैदान च जित के नहीं आए रब दे वास्ते मेरे अबू नू माफ कर दे नहीं ओ पुत्रा इन्नू ए दस असल दर्जा माफी लै के नहीं किसे नू माफ करके मिलता है पता लग जांदा है कि तू किन्ना क पक्का मुसलमान है हुण वी ते ओ हदीस सुना के माफ कर देना सब तो बेहतर बदला है काफिरा बेटा माफ कर देना सब तू बेहतर बदला है काली कमली वाले दी हदीस इक वारी फिर सुनाए उन्होंने फरमाया माफ कर देना सब तू बेहतर बदला तेन माफ किया एक पुत्र मरवा के मेरे हजूर दी हदीस जिंदा हो सकती है रब नू कहो मेरे पुत्र नू जिंदगी दिंदा जाने ते मैं कुर्बान करता जाना मैं कुर्बान करता कब्रस्तान आ गया मुंडियो सारा दे खड़ा करो है मैं सुन के एक दो वा साई कवे दो चार वैन चलना पावे वैन पुआन चले वैन सुन के जावांगे ओ
तू किधरे मुसलमान तो नहीं हो गया नजरू? ओए मैं कल्ला ही नहीं होया, आज तुहानू भी मुसलमान करांगा। नजरू है दुश्मनियां छड़ दियो ते मुसलमान हो जाओ, जे फिर भी जाना चाहते हो ते ट्रैक्टर मेरे उतो लगा दो। नजरू मौलवी साहब, ओए काफ्रो इंसान बड़ी मुश्किल नाल मुसलमान होया, ओए इन्हें मरना नहीं चाहिए। बकना मालू तू आल में दीन भी मार देते है, हम तेरा तख्ता जरूर होगा, जरूर होगा। ट्रैक्टर हूं नहीं चलेगा मालू, नहीं चलेगा, नहीं चलेगा। तेरे रुपए चढ़ा दे रहे। कौन मेरे अल फेर है? ओए तू ओए मैदान चढ़ने से सीखे, अन्ने बड़े मैदान कल्ला क्यों आ गया है? और नहीं तो मानू ले आना सी। ओ तेरी लाश ते वैन पाके पुलिस नु ते दस सकती के पाली मैं सी। ओ तारो नु कहो चले कोनु वैन पाने सिख लवे, हर कुछ देर बाद कोनु लौट पे जानिया। भौंक ना होए वे जवान मैदान विच खाली हाथ है, हथियार तुसी ना चुकड़ा ते तुहाडे हाथ मैं ना दसा। देखनिया के इस मैदान विच तख्त किन्नू मिलदा है ते तख्ता किदा हुंदा है? ओए असला चुक सकते हो ते चुक लो, ओए मैनू ते स्वाद ही असला को क्या दे। हथियार सुन सक रहे थे वे बाली दी मंगा तेनू भी सुट दे। त्रल करन दा मजा तो जाएगा वैन सीखने शुरू कर दे दारो, एना ने आज नहीं हो बचना। गाड़ी लगी है ना चाचा जी, ना हथियार तो नहीं चुकी देंगे। Yeah.
कमरे का कतल किवें डिगा है। मेरी धी का कतल भी गया ही गल मेरे रसूले का कतल भी था वो मेरे बाती का बदला भी दे रहा है। कफन बिछा ले तारो आखिरी मूर्ख भी चाल लगाई तेनू क्या सी ना आज कोई नहीं हो बचना कोई नहीं हो बचिया कोई नहीं हो बचिया आज मैं अपने पिंड जावांगी ते तू इथे ही रहेगी। सूरज चढ़ना मेरे जे मुंह कालिया ने भी हो जिक्र हुसैन द करना हो जिंदा हुसैन।